Hello and welcome to English Learners World Program, Our Mentors. प्यारे विद्यार्थियों अते अध्यापक साथियों, असी आज जिस शख्सियत दे नाल तुहाडी मुलाकात करवाउण जा रहे हैं, उन्होंने छोटी जी उम्र दे विच बहुत वड्डियां पुलांगा पट्टियां हैं। वह कला दे खेतर दे विच एक वड्डे आर्टिस्ट दे तौर ते उभरे हैं। डिजिटल पेंटिंग जिहड़ा अजकल बहुत जोरां शोरां नाल ऑल ओवर द वर्ल्ड ट्रेंड चल रहा है, उन्होंने बहुत थोड़ी जी उम्र दे विच अपना बहुत वड्डा मुकाम उस विच बना लिया है। वड्डे वड्डे बैनरां दे हेठ जिदा कि अरदास फिल्म का जो पोस्टर सी उन्होंने डिजाइन किया, रंजीत बावा की मूवी तूफान सिंह उसका जो पोस्टर है वह भी उन्होंने डिजाइन किया हुआ है, दिलजीत दुसांझ की एल्बम सिख दा कवर पोस्टर या कवर पेज उन्होंने डिजाइन किया हुआ है। उन्होंने ऑल ओवर द वर्ल्ड अपने डिजिटल पेंटिंग दे बलबूते बहुत छेती वड्डा नाम बना लिया है। ज्यादा गल्ला ना करदा होया मैं तुहाडी मुलाकात उन्हां दे नाल करवाउण जा रहा हाँ। मेरी मुराद है शरणदीप सिंह जी, ते आओ साथियो तुहाडी शरणदीप सिंह जी नाल मुलाकात करवाइए ते तुहानू डिजिटल पेंटिंग दे बारे विच होर गल्लां दसीए। शरणदीप सिंह जी, सत श्री अकाल जी। ਸਤਿ ਸ਼੍ਰੀ ਅਕਾਲ ਅਮਨ ਭਾਜੀ ਤੇ ਜੀ, ਥੈਂਕ ਯੂ। ਆਵਰ ਮੈਂਟਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਤੇ ਮੈਨੂੰ ਦਿਲੀ ਖੁਸ਼ੀ ਹੋ ਰਹੀ ਹੈ ਅੱਜ ਤੁਹਾਡੇ ਨਾਲ ਮੁਲਾਕਾਤ ਕਰਕੇ। ਮੈਨੂੰ ਵੀ ਸੇਮ, ਬੜਾ ਚੰਗਾ ਲੱਗਿਆ। ਤੁਸੀਂ ਜਿੱਦਾਂ ਹੁੰਗਾਰਾ ਭਰਿਆ ਜੀ, ਇੱਕ ਵਧੀਆ ਮੈਸੇਜ ਬੱਚਿਆਂ ਤੱਕ ਲੈ ਕੇ ਜਾਣ ਦਾ ਜੀ, ਬੜੀ ਮੈਨੂੰ ਉਸ ਹੁੰਗਾਰੇ ਦਾ ਪਾਰਟ ਬਣ ਕੇ ਬੜੀ ਖੁਸ਼ੀ ਹੋ ਰਹੀ ਹੈ ਜੀ। ਉਮੀਦ ਕਰਦੇ ਹਾਂ ਵੀ ਲਾਈਕ ਮਿਲ ਕੇ ਆਪਾਂ ਕੁਛ ਜੀ ਵਧੀਆ ਇੱਕ ਮੈਸੇਜ ਦੇ ਸਕਾਂ ਜੀ। ਬਿਲਕੁਲ, ਤੁਹਾਡੀ ਲਾਈਫ ਬੜੀ ਇਨਸਪਾਇਰਿੰਗ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਲਾਈਫ ਦੀਆਂ ਸਟਰਗਲ ਦੇ ਪਾਰਟ ਤੇ ਤੁਹਾਡੀਆਂ ਅਚੀਵਮੈਂਟਸ ਨੂੰ ਵਿਦਿਆਰਥੀਆਂ ਤੱਕ ਜ਼ਰੂਰ ਲੈ ਕੇ ਜਾਵਾਂ ਗੱਲਾਂ ਬਾਤਾਂ ਦੇ ਰਾਹੀਂ। ਸ਼ਰਨਦੀਪ ਜੀ, ਸਭ ਤੋਂ ਪਹਿਲਾ ਸਵਾਲ, ਤੁਹਾਡਾ ਜਨਮ ਕਿੱਥੇ ਹੋਇਆ ਤੇ ਆਪਣੀ ਪ੍ਰਾਇਮਰੀ ਐਜੂਕੇਸ਼ਨ, ਮੁੱਢਲੀ ਐਜੂਕੇਸ਼ਨ ਬਾਰੇ ਦੱਸੋ। ਮੈਂ ਇੱਕ ਛੋਟੇ ਜਿਹੇ ਸ਼ਹਿਰ ਮੰਡੀ ਗੋਬਿੰਦਗੜ੍ਹ ਤੋਂ ਰਹਿਣ ਵਾਲਾ, ਜਿਹੜਾ ਕਿ ਸਟੀਲ ਟਾਊਨ ਦੇ ਨਾਮ ਤੋਂ ਮਸ਼ਹੂਰ ਆ ਜੀ, ਆਲ ਓਵਰ ਦੀ ਵਰਲਡ ਜੀ ਜੀ ਜੀ। ਤੇ ਮੇਰੀ ਉੱਥੇ ਐਜੂਕੇਸ਼ਨ ਇੱਕ ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਵਿੱਚ ਹੋਈ। ਮੈਂ 10th ਤੱਕ ਉੱਥੇ ਪੜ੍ਹਿਆ, ਫਿਰ ਉਸ ਤੋਂ ਬਾਅਦ ਮੈਂ ਇੱਕ ਗਵਰਨਮੈਂਟ ਸਕੂਲ ਸੀ, +1 +2 ਆਰਟਸ ਦੇ ਵਿੱਚ ਉੱਥੇ ਕੀਤੀ ਜੀ। ਸੋ ਮੈਨੂੰ ਸ਼ੁਰੂ ਤੋਂ ਆਰਟ ਦਾ ਬੜਾ ਸ਼ੌਂਕ ਰਿਹਾ ਆਪਣੇ ਸਕੂਲ ਟਾਈਮ ਤੋਂ ਹੀ। ਲਾਈਕ ਉੱਥੇ ਕੁਛ ਨਾ ਕੁਛ ਐਕਸਟਰਾ ਕਰਿਕੁਲਮ ਜਿਹੜੇ ਹੁੰਦੇ ਸੀ ਆਰਟ ਨੂੰ ਉਹ ਉੱਥੇ ਚੱਲਦੇ ਰਹਿੰਦੇ ਸੀਗੇ। ਸਕੂਲ ਲਾਈਫ ਵਧੀਆ ਰਹੀ, ਇੰਟਰਸਟਿੰਗ ਰਹੀ ਜੀ, ਉਹ ਸਭ ਦੇ ਕਰਕੇ ਜੀ ਜੀ ਜੀ। ਸ਼ਰਨਦੀਪ ਜੀ, ਪ੍ਰਾਇਮਰੀ ਐਜੂਕੇਸ਼ਨ ਤੋਂ ਬਾਅਦ ਇੱਕ ਹਾਇਰ ਐਜੂਕੇਸ਼ਨ ਹਰ ਬੱਚਾ ਪੂਰੀ ਕਰਦਾ ਹਾਂਜੀ, ਤੇ ਹਾਇਰ ਐਜੂਕੇਸ਼ਨ ਹੀ ਸਾਡੀ ਡਿਸਾਈਡ ਕਰਦੀ ਹੈ, ਸਾਡੀ ਜ਼ਿੰਦਗੀ ਨੂੰ ਮੋੜ ਦਿੰਦੀ ਹੈ, ਸਾਡੇ ਕਰੀਅਰ ਨੂੰ ਸਥਾਪਿਤ ਕਰਦੀ ਹੈ। ਬਿਲਕੁਲ। ਤੁਸੀਂ ਹਾਇਰ ਐਜੂਕੇਸ਼ਨ ਕਿੱਥੋਂ ਤੱਕ ਕੀਤੀ, ਕਿਹੜੀ ਫੀਲਡ ਵਿੱਚ ਕੀਤੀ? ਹਾਇਰ ਐਜੂਕੇਸ਼ਨ ਜੋ ਮੇਰਾ ਮਨ ਸੀ ਬਚਪਨ ਤੋਂ ਹੀ, ਮੈਂ ਇੱਕ ਆਰਟ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਸੀ ਜੀ। ਸ਼ੌਂਕ ਸੀ ਡਰਾਇੰਗ ਦਾ, ਪੇਂਟਿੰਗ ਦਾ ਜੀ। ਬਟ ਇੱਕ ਛੋਟੇ ਪਿੰਡ ਤੋਂ, ਜਾਂ ਤੁਸੀਂ ਇਹ ਸਮਝ ਲਓ ਵੀ ਇੱਦਾਂ ਦੇ ਸ਼ਹਿਰ ਤੋਂ ਜਿੱਥੇ ਲਾਈਕ ਆਰਟ ਦਾ ਕੋਈ ਸਕੋਪ ਨਹੀਂ ਸੀਗਾ, ਸੋ ਨਾ ਹੀ ਘਰਦਿਆਂ ਨੂੰ ਕੁਛ ਪਤਾ ਸੀਗਾ ਵੀ ਐਜ਼ ਐਨ ਆਰਟਿਸਟ ਵੀ ਆ ਇਹਨੂੰ ਕਿੱਦਾਂ ਸਟੈਬਲਿਸ਼ ਕਰ ਸਕਦੇ ਹਾਂ ਜਾਂ ਕਿੱਥੇ ਆਪਾਂ ਪੜ੍ਹਾ ਸਕਦੇ ਹਾਂ, ਅਤੇ ਨਾ ਹੀ ਮੈਨੂੰ ਕੋਈ ਪਤਾ ਸੀਗਾ ਵੀ ਆਰਟ ਕਾਲਜ ਨਾ ਤੋਂ ਕੋਈ ਕਾਲਜ ਵੀ ਹੁੰਦਾ ਜਿੱਥੇ ਸਿਰਫ ਆਰਟ ਹੁੰਦੀ ਆ। ਬਚਪਨ ਤੋਂ ਇਹ ਸੀ ਵੀ ਕਾਲਜ ਹੁੰਦੇ ਨੇ ਪੜ੍ਹਾਈ ਕਰਨ ਦੇ ਲਈ, ਉੱਥੇ ਪੜ੍ਹਾਈਆਂ ਹੀ ਹੁੰਦੀਆਂ ਨੇ, ਡਰਾਇੰਗ ਨਾਮ ਦਾ ਕੋਈ ਨਾ ਹੀ ਆਪਣੇ ਉਰੇ ਕੋਈ ਮਿਲਦਾ ਕਾਲਜ ਹੋਣਾ ਤੇ ਨਾ ਹੀ ਹੋਊਗਾ ਜੀ, ਕਿਉਂਕਿ ਘਰਦਿਆਂ ਨੂੰ ਨੀ ਨੌਲੇਜ ਸੀਗੀ। ਸੋ ਮਨ ਸੀਗਾ ਆਰਟ ਕਾਲਜ 'ਚ ਜਾਣ ਦਾ, ਪਰ ਆ ਜਾ ਕੇ ਇਹ ਹੋਇਆ ਜੋ ਜਿੱਦਾਂ ਕਿ ਸਾਰੇ ਪੇਰੈਂਟਸ ਸੋਚ ਜਾਂਦੇ ਨੇ ਵੀ ਨਹੀਂ ਬੱਚਾ ਪੜ੍ਹੇ ਤੇ ਕੁਛ ਕਮਾਉਣ ਲੱਗ ਜਾਵੇ ਜੀ, ਮੇਨਲੀ ਆਪਣੇ ਇਹੀ ਰਹਿੰਦਾ, ਕਿਉਂਕਿ ਹੈ ਵੀ ਐਕਚੁਲੀ ਇੱਦਾਂ ਦਾ ਮਾਹੌਲ ਹੀ ਇੱਦਾਂ ਦਾ ਚੱਲ ਰਿਹਾ, ਬੇਰੁਜ਼ਗਾਰੀ ਜਾਂ ਆਪਣੇ ਬਹੁਤ ਮੁਸ਼ਕਿਲ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਪ੍ਰਾਇਮਰੀ ਐਜੂਕੇਸ਼ਨ ਤੱਕ। ਉਸ ਤੋਂ ਬਾਅਦ ਬੱਚੇ ਨੂੰ ਮਾਂ ਬਾਪ ਨੂੰ ਵੀ ਇਹੀ ਹੁੰਦਾ ਵੀ ਉਹ ਪੜ੍ਹੇ ਤੇ ਫਟਾਫਟ ਜੀ ਕਿਤੇ ਜੋਬ ਲੱਗ ਜਾਵੇ। ਸੋ ਉਹਨਾਂ ਨੇ ਮੈਨੂੰ ਇੱਕ ਹੋਟਲ ਲਾਈਨ ਦੇ ਵਿੱਚ ਭੇਜਿਆ, ਹੋਟਲ ਮੈਨੇਜਮੈਂਟ ਦੀ, ਵੀ ਉਹਦੇ ਵਿੱਚ ਠੀਕ ਆ, ਉਹਨਾਂ ਨੂੰ ਲੱਗਿਆ ਵੀ ਕੁਛ ਸਕੋਪ ਹੈਗਾ, ਮਤਲਬ ਜਲਦੀ ਸੈੱਟ ਹੋ ਜਾਏਗਾ, ਜਲਦੀ ਸੈੱਟ ਹੋ ਜਾਏਗਾ, ਜਾਂ ਇਹ ਸਮਝ ਲਓ ਵੀ ਉਹਦੇ 'ਚ ਜੋਬਸ ਹੈਗੀਆਂ ਨੇ ਜੀ। ਮਾਸੀ ਜੀ ਨੇ ਗਾਈਡ ਕੀਤਾ, ਲੁਧਿਆਣੇ ਤੋਂ ਸੀਗੇ, ਉਹਨਾਂ ਨੇ ਕਿਹਾ ਵੀ ਬੈਟਰ ਰਹੇਗਾ ਵੀ ਇਹ ਹੋਟਲ ਮੈਨੇਜਮੈਂਟ ਕਰੇ, ਕਿਉਂਕਿ ਘਰਦਿਆਂ ਨੂੰ ਸੀਗਾ ਉਹ ਤਾਂ ਹੋਟਲ ਮੈਨੇਜਮੈਂਟ ਬਾਰੇ ਸੋਚ ਵੀ ਨਹੀਂ ਰਹੇ ਸੀ,
ਉਹਨੂੰ ਇਹ ਸੀ ਵੀ ਮੈਂ ਕੋਈ ਬਿਜਲੀ ਦਾ ਲੱਕੜ ਦਾ ਜਾਂ ਲੋਹੇ ਦਾ ਕੋਈ ਕੰਮ ਸਿੱਖ ਲਾ ਐਂਡ ਆਈ ਥਿੰਕ ਉਥੋਂ ਵੀ 6 ਮਹੀਨੇ ਤੱਕ ਕੰਮ ਸਿੱਖਣ ਤੋਂ ਬਾਅਦ ਕੁਛ ਕਮਾਉਣ ਲੱਗ ਜੂਗਾ ਦਿਹਾੜੀ ਜਲਦੀ ਪੈ ਜਾਏਗੀ ਹਾਂ ਲੇਬਰ ਸਮਝ ਗਿਆ ਵਰਕ ਸੋ ਇਹੀ ਸੀ ਮੈਂ ਸਿੱਖਣ ਵੀ ਲੱਗ ਗਿਆ ਸੀ ਮੈਂ ਲੁਧਿਆਣੇ ਜਾ ਚੁੱਕਿਆ ਸੀਗਾ ਜੀ ਉੱਥੇ ਮੇਰੇ ਮਾਮਾ ਜੀ ਲਾਈਕ ਵੁਡਨ ਵਰਕਸ਼ਾਪ ਆ ਫਰਨੀਚਰ ਵਗੈਰਾ ਰੈਡੀ ਕਰਦੇ ਨੇ ਉੱਥੇ ਬਣਾਉਂਦੇ ਨੇ ਸੋ ਮੈਂ ਮਨ ਬਣਾ ਲਿਆ ਸੀਗਾ ਵੀ ਠੀਕ ਆ ਮੈਂ ਬਿਜਲੀ ਦਾ ਕੰਮ ਵੀ ਕੀਤਾ ਤੇ ਲੋਹੇ ਦਾ ਵਰਕ ਵੀ ਘਰਦਿਆਂ ਦਾ ਸੀਗਾ ਮੈਂ ਉਹ ਵੀ ਕੀਤਾ ਤੇ ਫਿਰ ਮੈਨੂੰ ਲੱਗਿਆ ਵੀ ਹਾਂ ਵੀ ਨਹੀਂ ਲੱਕੜ ਦਾ ਕੰਮ ਕਰ ਲੈਣਾ ਚਾਹੀਦਾ ਕੁਛ ਕੁਛ ਟਾਈਮ ਉਹ ਚ ਕੱਢਣ ਤੋਂ ਬਾਅਦ ਕੁਛ ਕ੍ਰੀਏਟਿਵ ਜਿਹਾ ਕਰਨ ਦਾ ਮਨ ਸੀਗਾ ਹੁਣ ਬਿਜਲੀ ਦੇ ਕੰਮ ਚ ਕੁਛ ਕ੍ਰੀਏਟਿਵ ਨੀ ਲੋਹੇ ਦੇ ਕੰਮ ਚ ਇੰਨਾ ਕੋਈ ਜ਼ਿਆਦਾ ਕ੍ਰੀਏਟਿਵ ਨਹੀਂ ਲੱਗਿਆ ਮੈਂ ਕਿਹਾ ਲੱਕੜ ਦਾ ਕੰਮ ਫਿਰ ਵੀ ਕ੍ਰੀਏਟਿਵ ਆ ਫਰਨੀਚਰ ਬਣਾਉਣਾ ਕਿਉਂਕਿ ਕਿਤੇ ਨਾ ਕਿਤੇ ਅੰਦਰ ਸੀਗੀ ਵੀ ਕੁਛ ਕ੍ਰੀਏਟਿਵ ਕਰਨਾ ਜੀ 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 ਪਰ ਪਤਾ ਨੀ ਸੀ ਕੀ ਕਰਨਾ ਸੋ ਮੈਨੂੰ ਲੱਗਿਆ ਵੀ ਸ਼ਾਇਦ ਲੱਕੜ ਦੇ ਕੰਮ ਦੇ ਵਿੱਚ ਕੁਛ ਬਣ ਸਕਦਾ ਕੁਛ ਕ੍ਰੀਏਟਿਵ ਆ ਸਕਦਾ ਉੱਥੇ ਮੈਂ ਜਾ ਕੇ 6 ਮਹੀਨੇ ਆਈ ਥਿੰਕ ਆਪਣੇ ਮਾਮਾ ਜੀ ਉਹਨਾਂ ਨਾਲ ਲਾਏ ਹੋਣਗੇ ਉੱਥੇ ਲੱਕੜ ਦਾ ਕੰਮ ਮੈਂ ਸਿੱਖਦਾ ਰਿਹਾ ਉਹਨਾਂ ਕੋਲ ਹੀ ਰਿਹਾ ਲੁਧਿਆਣੇ ਤੇ ਮੈਂ ਕੰਮ ਵੀ ਸਿੱਖਦਾ ਰਿਹਾ ਤੇ ਉੱਥੇ ਜਦੋਂ ਕੰਮ ਸਿਖਾ ਰਹੇ ਸੀ ਮੈਨੂੰ ਫਰਨੀਚਰ ਦਾ ਤੇ ਮੇਰਾ ਧਿਆਨ ਰਹਿੰਦਾ ਹੁੰਦਾ ਸੀ ਮੈਂ ਛੋਟੀ ਛੋਟੀ ਝੌਂਪੜੀਆਂ ਬਣਾ ਲਾਂ ਕੁਛ ਕ੍ਰੀਏਟਿਵ ਬਣਾ ਲਾਂ ਕੁਛ ਸਕਲਪਟ ਕਰਨ ਲੱਗ ਜਾਂ ਉਹ ਕਹਿੰਦੇ ਹੁੰਦੇ ਸੀ ਕਿ ਵੀ ਹਾਂ ਵੀ ਆਹ ਚੀਜ਼ ਸਿੱਖ ਲਾ ਵੀ ਲਾਈਕ ਜਿਵੇਂ ਹੁੰਦਾ ਵੀ ਜਿਹੜਾ ਲੇਬਰ ਵਰਕ ਹੁੰਦਾ ਜਾਂ ਪ੍ਰਾਇਮਰੀ ਜਿਹੜਾ ਉਹਨਾਂ ਦਾ ਵਰਕ ਹੈਗਾ ਜੋ ਕਰਦੇ ਨੇ ਉਹ ਉਹਨਾਂ ਨੂੰ ਇਹ ਸੀਗਾ ਵੀ ਇਹ ਟੋਟਲੀ ਵੇਸਟੇਜ ਆ ਵੀ ਇਹਨੂੰ ਆਪਾਂ ਇਦਾਂ ਨਾ ਲਾਈਕ ਵੀ ਇਹਨੂੰ ਵੀ ਜੋ ਬੈੱਡ ਬਣਾਉਣੇ ਜਾਂ ਪ੍ਰੋਪਰ ਫਰਨੀਚਰ ਬਣਾਉਣਾ ਇਹਦੇ ਤੇ ਜਲਦੀ ਸਿੱਖੇ ਉਹ ਤੇ ਫਿਕਸ ਰਹੋ ਵੀ ਇਹਨੂੰ ਕੋਈ ਨਹੀਂ ਖਰੀਦਦਾ ਜੀ 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 ਵੀ ਇਹ ਕਿਹੜੀ ਚੀਜ਼ਾਂ ਨੇ ਨਾ ਕ੍ਰੀਏਟਿਵ ਇਹਨਾਂ ਨੂੰ ਕੋਈ ਨਹੀਂ ਖਰੀਦਦਾ ਵੀ ਤੁਸੀਂ ਵੀ ਇਹਦੇ ਤੇ ਆਓ ਜੀ ਵੀ ਮੇਨ ਕੰਮ ਦੇ ਉੱਤੇ ਪਰ ਮੈਨੂੰ ਫਿਰ ਵੀ ਕੁਛ ਨਾ ਕੁਛ ਹੁੰਦਾ ਸੀ ਤੇ ਉਹੀ ਚੀਜ਼ ਨਾ ਮਾਸੀ ਜੀ ਉਹਨਾਂ ਨੇ ਦੇਖੀ ਉਹ ਆਏ ਤੇ ਉਹ ਐਕਚੁਅਲੀ ਗਵਰਨਮੈਂਟ ਜੋਬ ਕਰਦੇ ਨੇ ਤੇ ਉਹ ਲਾਈਕ ਕਾਫੀ ਮਤਲਬ ਕਿਵੇਂ ਇੱਕ ਐਜੂਕੇਟਡ ਪਰਸਨ ਹੁੰਦਾ ਉਹਦੀ ਇੱਕ ਸੋਚ ਇੱਕ ਡਿਫਰੈਂਟ ਹੁੰਦੀ ਉਹਨੂੰ ਇੱਕ ਵੇ ਦਿਖਦਾ ਹੁੰਦਾ ਜੀ 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 ਵੀ ਇਹ ਚ ਹੈ ਕੁਛ ਪੜ੍ਹਾਈ ਕਰੂਗਾ ਤੇ ਬੈਟਰ ਹੋਊਗਾ ਉਹਨਾਂ ਨੇ ਦੇਖਿਆ ਵੀ ਇਹਦਾ ਆਰਟ ਵਧੀਆ ਇਹ ਚੀਜ਼ਾਂ ਵਧੀਆ ਬਣਾ ਲੈਂਦਾ ਸੋ ਉਹਨਾਂ ਨੇ ਕਿਹਾ ਮੈਨੂੰ ਵੀ ਕਿਉਂ ਨੀ ਤੂੰ ਵੀ ਕਿਸੇ ਆਰਟ ਨਾਲ ਰਿਲੇਟਡ ਕੋਈ ਕੰਮ ਕਰਦਾ ਮੈਂ ਕਿਹਾ ਵੀ ਕੋਈ ਸਟੱਡੀ ਕਰਦਾ ਮੈਂ ਕਿਹਾ ਕਿਹੜਾ ਉਹ ਕਹਿੰਦੇ ਕਹਿੰਦੇ ਵੀ ਮੈਨੂੰ ਪਤਾ ਲੱਗਿਆ ਵੀ ਸਾਡੇ ਗੁਆਂਢ ਦੇ ਵਿੱਚ ਇੱਕ ਹੋਟਲ ਮੈਨੇਜਮੈਂਟ ਦੇ ਇੱਕ ਮੁੰਡੇ ਨੇ ਸਟੱਡੀ ਕੀਤੀ ਹੈ ਤੇ ਉਹ ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਹੁੰਦਾ ਓਕੇ ਵੀ ਤੂੰ ਉੱਥੇ ਜਾ ਸਕਦਾ ਠੀਕ ਹੈ ਫਾਈਨੈਂਸ਼ਲੀ ਲਾਈਕ ਘਰ ਦੇ ਜ਼ਿਆਦਾ ਸਪੋਰਟ ਕਰ ਨਹੀਂ ਸਕਦੇ ਸੀ ਤੇ ਮਾਸੀ ਨੇ ਵੀ ਕੁਛ ਕਿਹਾ ਵੀ ਚਲੋ ਮੈਂ ਸਪੋਰਟ ਕਰਦੀਆਂ ਘਰ ਦੇ ਵੀ ਚਲੋ ਠੀਕ ਹੈ ਕਹਿੰਦੇ ਕਹਿੰਦੇ ਵੀ ਫੀਸ ਪਤਾ ਕੀਤੀ ਤੇ ਗਵਰਨਮੈਂਟ ਸੀਗਾ ਉਹ ਕਾਲਜ ਚੰਡੀਗੜ੍ਹ ਦੇ ਵਿੱਚ ਕਹਿੰਦੇ ਕੋਈ ਜ਼ਿਆਦਾ ਫੀਸ ਨਹੀਂ ਹੈਗੀ ਤੁਸੀਂ ਲਾਈਕ ਕਰ ਸਕਦੇ ਹੋ ਤੇ ਉਹ ਦੇਖਿਆ ਤੇ ਫੀਸ ਉਹਦੀ ਬਹੁਤ ਘੱਟ ਸੀ ਬਸ ਇੱਕ ਐਂਟਰੈਂਸ ਟੈਸਟ ਕਲੀਅਰ ਕਰਨਾ ਸੀਗਾ ਉਹ ਮੈਂ ਥੋੜੀ ਸਟੱਡੀ ਮਿਹਨਤ ਕੀਤੀ ਪੜ੍ਹਾਈ ਕੀਤੀ ਤੇ ਮੈਨੂੰ ਇਹ ਸੀਗਾ ਵੀ ਬਸ ਮੇਰਾ ਹੁਣ ਮੈਂ ਉਹੀ ਕਰਨਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਉੱਥੇ ਕੁਛ ਕ੍ਰੀਏਟਿਵ ਹੈਗਾ ਕਿਉਂਕਿ ਸੁਣ ਲਿਆ ਸੀ ਪਰ ਸੋ ਉੱਥੇ ਐਡਮਿਸ਼ਨ ਹੋ ਗਈ ਐਂਟਰੈਂਸ ਟੈਸਟ ਕਲੀਅਰ ਕਰਨਾ ਸੀਗਾ ਉਹ ਹੋ ਗਿਆ ਤੇ ਮੈਂ ਨਾਲ ਦੀ ਨਾਲ ਲਾਈਕ ਕਾਲਜ ਇੰਸਟੀਟਿਊਟ ਜੁਆਇਨ ਕਰ ਲਿਆ ਉੱਥੇ ਹੀ ਰਹਿਣਾ ਸੀਗਾ ਹੋਸਟਲ ਵਿੱਚ ਸੀਗਾ ਤੇ ਉੱਥੇ ਹੋਟਲ ਮੈਨੇਜਮੈਂਟ ਦੇ ਵਿੱਚ ਰਹਿ ਕੇ ਪਤਾ ਲੱਗਿਆ ਵੀ ਉਹ 'ਚ ਇੱਦਾਂ ਦਾ ਕੁਛ ਵੀ ਨਹੀਂ ਹੈਗਾ ਕ੍ਰੀਏਟਿਵ ਜਸਟ ਉਹ ਵੀ ਇੱਕ ਸਰਵਿਸ ਜੋਬ ਹੀ ਆ ਵੀ ਉਹ 'ਚ ਇੰਨਾ ਲਾਈਕ ਉਹਨੂੰ ਨਹੀਂ ਹੈਗਾ ਜ਼ਿਆਦਾ ਵੀ ਤੁਸੀਂ ਕ੍ਰੀਏਟੀਵਿਟੀ ਨਹੀਂ ਆਪਣੀ ਦਿਖਾ ਸਕਦੇ ਸਟੱਡੀ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਪਰ ਕੀ ਕਰੀਏ ਹੁਣ ਘਰਦਿਆਂ ਨੇ ਪੈਸੇ ਲਾਏ ਸੀਗੇ ਮੈਂ ਨਹੀਂ ਲਾਈਕ ਇੱਦਾਂ ਵੀ ਕਹਿਦਾ ਵੀ ਮੈਂ ਨਹੀਂ ਕਰਨਾ ਚਾਹੁੰਦਾ ਤੇ ਮੇਰੇ ਕਰਨਾ ਕੀ ਮੈਂ ਸੋਚ ਵੀ ਨਹੀਂ ਸਕਦਾ ਸੀ ਇੱਦਾਂ ਵੀ ਮੈਂ ਰਹਿਣ ਦਾ ਵੀ ਨਾ ਕਰਾਂ ਬਸ ਫਿਰ ਉਸ ਤੋਂ ਬਾਅਦ ਨਾਲ ਦੀ ਨਾਲ ਸਟੱਡੀ ਕੰਪਲੀਟ ਕੀਤੀ ਟ੍ਰੇਨਿੰਗ ਹੋਈ ਟ੍ਰੇਨਿੰਗ ਤੋਂ ਬਾਅਦ ਨਾਲ ਦੀ ਨਾਲ ਮੈਂ ਜੋਬ ਜੁਆਇਨ ਕਰ ਲਈ ਹੋਟਲ ਸ਼ਿਵਾਲਿਕ ਵਿਊ ਆ 17 ਸੈਕਟਰ ਦੇ ਵਿੱਚ ਉਹਦੇ ਵਿੱਚ ਐਜ ਏ ਸੁਪਰਵਾਈਜ਼ਰ ਮੈਂ ਜੋਬ ਜੁਆਇਨ ਕੀਤੀ ਵੀ ਉਹ 'ਚ ਜਸਟ ਲਾਈਕ ਜਿਹੜੇ ਉੱਥੇ ਕੰਮ ਕਰਦੇ ਆ ਵਰਕਰਸ ਹੁੰਦੇ ਆ ਉਹਨਾਂ ਨੂੰ ਜਸਟ ਹੈਂਡਲ ਕਰਨਾ ਸੀਗਾ ਸੋ ਮੈਂ 3 ਸਾਲ ਉੱਥੇ ਜੋਬ ਕੀਤੀ ਤੇ ਉਹ ਜੋਬ ਦੇ ਡਿਊਰਿੰਗ ਹੀ ਸਾਲ ਕੁ ਤੋਂ ਬਾਅਦ ਨਾ ਮੈਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਸਰਵਿਸ ਜੋਬ ਆ ਤੇ ਆਈ ਥਿੰਕ ਮੇਰੇ ਲਈ ਇਹ ਜੋਬ ਨਹੀਂ ਹੈ ਵੀ ਮੈਂ ਕੁਛ ਕ੍ਰੀਏਟਿਵ ਕਰਨਾ ਚਾਹੁੰਦਾ ਸੀ ਵੀ ਲਾਈਕ ਮੈਨੂੰ ਲੱਗ ਰਿਹਾ ਮੈਂ ਅੰਦਰ ਅੰਦਰ ਹੀ ਆਪਣਾ ਖਤਮ ਕਰ ਰਿਹਾ ਪਰ ਕੋਈ ਵੇ ਨਹੀਂ ਸੀਗਾ ਹਲੇ ਵੀ ਕੋਈ ਵੇ ਨਹੀਂ ਸੀ ਵੀ ਕੋਈ ਦੱਸਣ ਵਾਲਾ ਨਹੀਂ ਸੀ ਕੋਈ ਗਾਈਡ ਕਰਨ ਵਾਲਾ ਨਹੀਂ ਸੀਗਾ ਫਿਰ ਇੱਕ ਮੈਡਮ ਮਿਲੇ ਉਹਨਾਂ ਨੇ ਮੇਰਾ ਦੇਖਿਆ ਮੈਂ ਉੱਥੇ ਫਿਰ ਵੀ ਮਤਲਬ ਜੋਬ ਹੁੰਦੀ ਸੀ ਨਾਲ ਦੀ ਨਾਲ ਮੈਂ ਕੁਛ ਡਰਾਇੰਗ ਪੇਂਟਿੰਗ ਸਾਈਡ ਬਾਈ ਸਾਈਡ ਬੈਠਾ ਕਰਦਾ ਰਹਿੰਦਾ ਸੀ ਉੱਥੇ ਹਲਕਾ ਜਿਹਾ ਛੋਟਾ ਜਿਹਾ ਕੈਬਿਨ ਹੁੰਦਾ ਸੀਗਾ ਉੱਥੇ ਵੀ ਮੈਂ ਕੁਝ ਡਰਾ ਕਰਦੇ ਰਹਿਣਾ ਉਹ ਮੈਡਮ ਨੇ ਮੇਰਾ ਆਰਟ ਵਰਕ ਦੇਖਿਆ ਕਿਹੜੇ HOD ਸੀਗੇ ਮਨੋਤਰ ਮੈਡਮ ਉਹ ਕਹਿੰਦੇ ਤੇਰੀ ਡਰਾਇੰਗ ਤੇ ਆਰਟ ਬੜਾ ਵਧੀਆ ਉਹ ਕਹਿੰਦੇ ਉਹ ਐਜੂਕੇਟਡ ਸੀਗੇ ਸਮਝਦੇ ਸੀ ਉਸ ਚੀਜ਼ ਨੂੰ ਤੇ ਉਹਨਾਂ ਨੇ ਨਾਲ ਦੀ ਨਾਲ ਕਿਵੇਂ ਇੱਕ ਵਾਰ ਮਾਸੀ ਨੇ ਸਟੈਪ ਲਿੱਤਾ ਇਸ ਵਾਰੀ ਇਹਨਾਂ ਨੇ ਸਟੈਪ ਲਿੱਤਾ ਕਹਿੰਦੇ ਕਹਿੰਦੇ ਤੂੰ ਕਿਉਂ ਨਹੀਂ ਇੱਕ ਵਧੀਆ
ਲਾਈਕ ਸਟੱਡੀ ਕਰਦਾ ਆਰਟ ਨਾਲ ਰਿਲੇਟਡ ਮੈਂ ਕਿਹਾ ਵੀ ਮੈਂ ਹੁਣ ਇੱਥੇ ਜੋਬ 'ਚ ਫਸਿਆ ਮੈਂ ਜੋਬ ਛੱਡ ਨਹੀਂ ਸਕਦਾ ਮੈਂ ਫਾਈਨੈਂਸ਼ੀਅਲੀ ਬਿਲਕੁਲ ਵੀ ਲਾਈਕ ਮੈਨੂੰ ਲਾਈਕ ਮੈਂ ਅਫੋਰਡ ਨਹੀਂ ਕਰ ਸਕੂੰਗਾ ਉਸ ਚੀਜ਼ ਨੂੰ ਉਹ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਕੰਮ ਕਰ ਵੀ ਤੂੰ ਐਂ ਕਰ ਵੀ ਉਰੇ ਜੋਬ ਕਰਦਾ ਰਹਿ ਕੰਟੀਨਿਊ ਤੇ ਨਾਲ ਨਾਲ ਸਟੱਡੀ ਸ਼ੁਰੂ ਕਰਦੇ ਮੈਂ ਕਿਹਾ ਕਿੱਦਾਂ ਕਰ ਸਕਦਾ ਕਹਿੰਦੇ ਕੰਮ ਕਰਦਾ ਮੈਂ ਤੇਰੀ ਫਿਕਸ ਨਾਈਟ ਡਿਊਟੀ ਲਾ ਦਿੰਦੀ ਹਾਂ ਡੇ ਟਾਈਮ ਤੂੰ ਸਟੱਡੀ ਕਰ ਫਿਰ ਮੈਂ ਸਰਚ ਕੀਤੀ ਵੀ ਉਰੇ ਕਿੱਦਾਂ ਹੋ ਸਕਦਾ ਫਿਰ ਇੱਕ ਐਨੀਮੇਸ਼ਨ ਫੀਲਡ ਆ ਜਿਹ 'ਚ ਲੱਗਿਆ ਵੀ ਹਾਂ ਕ੍ਰੀਏਟਿਵ ਹੈਗਾ ਕੁਛ ਕੁਛ ਕਰ ਸਕਦੇ ਹਾਂ ਫਿਰ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਕਰਦੇ ਨੇ ਪੈਸੇ ਦੀ ਸਪੋਰਟ ਕੀਤੀ ਕੁਛ ਮੈਂ ਆਪਣੇ ਕੋਲੋਂ ਚੜੇ ਵੀ ਥੋੜੇ ਬਹੁਤ ਜੋਬ ਤੋਂ ਇਕੱਠੇ ਹੋਣੇ ਫਿਰ ਮੈਂ ਐਨੀਮੇਸ਼ਨ ਦੀ ਸਟੱਡੀ ਨਾਲ ਦੇ ਨਾਲ ਰਾਤ ਨੂੰ ਮੈਂ ਜੋਬ ਕਰਦਾ ਸੀਗਾ ਫਿਰ ਦਿਨ ਦੇ ਵਿੱਚ ਉਹ ਸਟੱਡੀ ਤੇ ਤੂੰ 2 ਸਾਲ ਦੀ ਉਹ ਸਟੱਡੀ ਸੀਗੀ ਤੇ ਇੱਦਾਂ ਹੀ ਚੱਲਦਾ ਰਿਹਾ ਤੇ ਮੈਂ ਉਹ ਫਾਈਨੈਂਸ਼ਲੀ ਉਹਦੇ ਲਾਈਕ ਵੀਕ ਹੋਣ ਕਰਕੇ ਜਾਂ ਤੁਸੀਂ ਫਾਈਨੈਂਸ਼ਲੀ ਮੇਰੇ ਕੋਲ ਇੰਨਾ ਨਹੀਂ ਸੀਗਾ ਵੀ ਮੈਂ ਸਟੱਡੀ ਪੂਰੀ ਕਰ ਸਕਾਂ ਜਾਂ ਪੂਰੀ ਫੀਸ ਭਰਾ ਸਕਾਂ ਤੇ ਵਿੱਚ ਜੇ ਆ ਕੇ ਥੋੜਾ ਜਿਹਾ ਮੁਸ਼ਕਿਲ ਹੋ ਗਿਆ ਤੇ ਮੈਂ ਮੈਨੂੰ ਵਿੱਚੇ ਸਟੱਡੀ ਛੱਡਣੀ ਪਈ ਐਨੀਮੇਸ਼ਨ ਦੀ ਪਰ ਮੈਂ ਉਦੋਂ ਦਾ ਕਾਫੀ ਕੁਝ ਲਰਨ ਕਰ ਚੁੱਕਿਆ ਸੀਗਾ ਮਤਲਬ ਮੈਨੂੰ ਪਤਾ ਲੱਗ ਗਿਆ ਸੀਗਾ ਵੀ ਹੁਣ ਕੀ ਕਰਨਾ ਚਾਹੀਦਾ ਓਕੇ ਸੋ ਮੈਂ ਨਾਲ ਦੀ ਨਾਲ ਸਟੱਡੀ ਛੱਡਣ ਤੋਂ ਬਾਅਦ ਮੈਂ ਉਹ ਫੀਲਡ ਨਹੀਂ ਛੱਡੀ ਮੈਂ ਉਹਦੇ ਨਾਲ ਜੁੜਿਆ ਰਿਹਾ ਤੇ ਉਹਦੇ ਨਾਲ ਰਿਲੇਟਡ ਉੱਥੇ ਮੈਨੂੰ ਪਤਾ ਲੱਗਿਆ ਵੀ ਪੇਂਟਿੰਗ ਡਰਾਇੰਗ ਦਾ ਮੈਨੂੰ ਸ਼ੌਂਕ ਸੀਗਾ ਪਰ ਉੱਥੋਂ ਹੀ ਪਤਾ ਲੱਗਿਆ ਵੀ ਡਿਜੀਟਲ ਮੀਡੀਆ ਆ ਚੁੱਕਿਆ ਓਕੇ ਉੱਥੇ ਕੋਈ ਡਿਜੀਟਲ ਪੇਂਟਿੰਗ ਨਹੀਂ ਕਰਦਾ ਸੀ ਨਾ ਹੀ ਕੋਈ ਸਿਖਾਉਣ ਵਾਲਾ ਸੀਗਾ ਪਰ ਉਹਨਾਂ ਦੇ ਥਰੂ ਹੀ ਮੈਨੂੰ ਪਤਾ ਲੱਗ ਗਿਆ ਵੀ ਇੱਕ ਹੈ ਇਦਾਂ ਦਾ ਮੀਡੀਅਮ ਵੀ ਜਿਹਦੇ ਵਿੱਚ ਤੁਸੀਂ ਐਡਵਾਂਸ ਮੀਡੀਅਮ ਆ ਐਂਡ ਡਿਜੀਟਲ ਮੀਡੀਆ ਡਿਜੀਟਲ ਪੇਂਟਿੰਗ ਵੀ ਜਿਹਦੇ ਥਰੂ ਤੁਸੀਂ ਨਾ ਵਿਦਆਊਟ ਕੈਨਵਸ ਦੇ ਉੱਤੇ ਪੈਸਾ ਇਨਵੈਸਟ ਕੀਤੇ ਵਿਦਆਊਟ ਮਹਿੰਗੇ ਕੋਸਟਲੀ ਕਲਰਸ ਦੇ ਉੱਤੇ ਪੈਸਾ ਇਨਵੈਸਟ ਕਰੇ ਤੁਸੀਂ ਆਪਣੇ ਲੈਪਟਾਪ ਦੇ ਉੱਤੇ ਹੀ ਉਹਨੂੰ ਡਰਾ ਕਰ ਸਕਦੇ ਹੋ ਬਿਲਕੁਲ ਠੀਕ ਹੈ ਜੀ ਵੀ ਤੁਸੀਂ ਜਿੰਨੀ ਮਰਜ਼ੀ ਟਰਾਈ ਕਰ ਸਕਦੇ ਹੋ ਤੁਹਾਨੂੰ ਪੇਪਰ ਵੇਜ ਦੇ ਉੱਤੇ ਇਨਵੈਸਟ ਕਰਨ ਦੀ ਲੋੜ ਨਹੀਂ ਸੋ ਮੇਰੇ ਲਈ ਉਹੀ ਗੱਲ ਹੋਈ ਵੀ ਮੇਰੇ ਕੋਲ ਇੰਨਾ ਮੈਂ ਫਾਈਨੈਂਸ਼ੀਅਲੀ ਹੈ ਨਹੀਂ ਸੀ ਮੈਂ ਉਹ ਕਲਰਸ ਲੈ ਸਕਾਂ 1000-2000 ਦੇ ਕਲਰ ਆਉਂਦੇ ਨੇ ਕੈਨਵਸ ਇੰਨੇ ਮਹਿੰਗੇ ਨੇ ਸੋ ਮੈਂ ਨਾਲ ਦੀ ਨਾਲ ਬੈਕ ਟੂ ਫਿਰ ਡਿਜੀਟਲ ਮੀਡੀਆ ਦੇ ਉੱਤੇ ਗਿਆ ਤੇ ਮੈਂ ਕਿਹਾ ਵੀ ਉਹਨੂੰ ਫਿਰ ਮੈਂ ਆਪਣੇ ਤਰੀਕੇ ਨਾਲ ਪੇਂਟਿੰਗਸ ਲਈ ਯੂਜ਼ ਕਰਨਾ ਸ਼ੁਰੂ ਕੀਤਾ ਮੈਂ ਸੋ ਉਹ ਇੰਸਟੀਟਿਊਟ ਦੇ ਵਿੱਚ ਆਈ ਥਿੰਕ ਤਾਂ ਨਹੀਂ ਮੈਂ ਸਿੱਖਿਆ ਮੈਂ ਇੰਸਟੀਟਿਊਟ ਤੋਂ ਜਦੋਂ ਮੈਂ ਨਿਕਲਿਆ ਜਦੋਂ ਮੈਂ ਡਰੋਪ ਆਊਟ ਹੋਇਆ ਜਾਂ ਮੈਂ ਜਦੋਂ ਛੱਡਿਆ ਉਸ ਤੋਂ ਬਾਅਦ ਆ ਕੇ ਬਾਹਰ ਮੈਂ ਆਪਣੇ ਆਪ ਨੂੰ ਜਦੋਂ ਟਾਈਮ ਦਿੱਤਾ ਥੋੜ੍ਹਾ ਜਿਹਾ ਜੋਬ ਤੋਂ ਵਿੱਚ ਜੋਬ ਵੀ ਛੱਡੀ ਘਰੇ ਰਿਹਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਟਾਈਮ ਦਿੱਤਾ ਅਤੇ ਫਿਰ ਮੈਂ ਦੇਖਿਆ ਮੈਂ ਕਿਹਾ ਵੀ ਇਹ ਮੇਰੇ ਲਈ ਇੱਕ ਬੈਸਟ ਵੇ ਆ ਆਪਣੀ ਥੋਟਸ ਕਲੀਅਰ ਕਰਨ ਲਈ ਮੈਨੂੰ ਨਹੀਂ ਪਤਾ ਸੀ ਫਾਈਨੈਂਸ਼ੀਅਲੀ ਮੈਨੂੰ ਸਪੋਰਟ ਕਰੂਗਾ ਮੈਨੂੰ ਪੈਸੇ ਕਿੰਨੇ ਕਮਾਉਣ ਨੂੰ ਮਿਲਣੇ ਕਿੰਨੇ ਨਹੀਂ ਮਿਲਣੇ ਕੀ ਪਤਾ ਕੋਈ ਪਸੰਦ ਵੀ ਕਰੂਗਾ ਕਿ ਨਹੀਂ ਜੀ 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 ਬਟ ਮੈਨੂੰ ਇਹ ਲੱਗਦਾ ਸੀ ਦਿਲੋਂ ਵੀ ਇਹ ਚੀਜ਼ ਵਧੀਆ ਓਕੇ ਵੀ ਚਾਹ ਕੇ ਮੈਂ ਵਾਹਿਗੁਰੂ ਆਪਣੇ ਆਪ ਅੰਦਰ ਥੋਟ ਨਹੀਂ ਪਾ ਦਿੰਦੇ ਤੂੰ ਇਹ ਇਹ ਕਰ ਤੈਨੂੰ ਨਹੀਂ ਪਤਾ ਇਹ 'ਚ ਕਿੰਨਾ ਫਾਇਦਾ ਹੋਣਾ ਜਾਂ ਨੁਕਸਾਨ ਹੋਣਾ ਪਰ ਤੂੰ ਇਹ ਕਰ ਸੋ ਮੈਨੂੰ ਉਹ ਫੀਲ ਆਉਂਦੀ ਸੀ ਵੀ ਮੈਂ ਕਰਾਂ ਇਹਦਾ ਫਾਇਦਾ ਨੁਕਸਾਨ ਮੈਂ ਨਹੀਂ ਸੋਚਿਆ ਮੈਂ 6 ਮਹੀਨੇ ਪੂਰੇ ਡੈਡੀਕੇਸ਼ਨ ਦੇ ਨਾਲ ਉਹਦੇ ਉੱਤੇ ਦਿੱਤੇ ਉਹ ਪੇਂਟਿੰਗ ਸਿੱਖੀ ਐਂਡ ਮੈਂ ਕੀਤੀ ਆਪਣੇ ਆਪ ਸੈਲਫ ਲਰਨਿੰਗ ਕੀਤੀ ਮੈਂ ਸੋ ਫਿਰ ਇੱਕ ਟਾਈਮ ਆ ਕੇ ਉਹ ਇੱਕ ਉਹਦੇ ਵਧੀਆ ਰਿਜ਼ਲਟ ਮਿਲੇ ਜਿੱਦਾਂ ਕਿ ਆਪਾਂ ਕਹਿ ਦਿੰਦੇ ਹਾਂ ਸ਼ਰਨ ਜੀ ਤੁਹਾਡੀ ਸਕੂਲਿੰਗ ਤੋਂ ਲੈ ਕੇ ਤੁਸੀਂ ਹੋਟਲ ਇੰਡਸਟਰੀ ਦੇ ਵਿੱਚ ਵੀ ਕੰਮ ਕੀਤਾ ਤੁਸੀਂ ਐਨੀਮੇਸ਼ਨ ਦੇ ਕੋਰਸ ਵਿੱਚ ਵੀ ਗਏ ਤੇ ਫਿਰ ਤੁਸੀਂ ਆਪਣੇ ਤੌਰ ਤੇ ਵੀ ਡਿਜੀਟਲ ਪੇਂਟਿੰਗ ਸਿੱਖੀ ਇਸ ਸਾਰੇ ਪ੍ਰੋਸੈਸ ਦੇ ਡਿਊਰਿੰਗ ਹਾਂਜੀ ਕਿਸੇ ਟੀਚਰ ਤੋਂ ਤੁਸੀਂ ਅਧਿਆਪਕ ਤੋਂ ਪ੍ਰਭਾਵਿਤ ਹੋਏ ਜਾਂ ਕਿਸੇ ਹੋਰ ਸ਼ਖਸੀਅਤ ਤੋਂ ਜਿਨ੍ਹਾਂ ਨੇ ਤੁਹਾਡੀ ਲਾਈਫ ਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਪ੍ਰਭਾਵਿਤ ਹੋਣਾ ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਕਿਹਾ ਵੀ ਕਈ ਜਣੇ ਹੈਲਪ ਕੀਤੀ ਵੀ ਹਾਂ ਵੀ ਇਹ ਨਹੀਂ ਤਾਂ ਇਹ ਸਟੱਡੀ ਕਰ ਲਓ ਤਾਂ ਐਜੂਕੇਟਡ ਪਰਸਨ ਨੇ ਜਿਨ੍ਹਾਂ ਨੇ ਵੀ ਹੈਲਪ ਕੀਤੀ ਐਜੂਕੇਟਡ ਪਰਸਨ ਸੀਗੇ ਉਹ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਐਜੂਕੇਟਡ ਪਰਸਨ ਨੇ ਗਾਈਡ ਕੀਤਾ ਮੈਨੂੰ ਪਰ ਜਿੱਥੇ ਆ ਕੇ ਮੈਨੂੰ ਮੋਟੀਵੇਸ਼ਨ ਮਿਲੀ ਜਾਂ ਜਿਨ੍ਹਾਂ ਨੇ ਮੈਨੂੰ ਇੰਸਪਾਇਰ ਕੀਤਾ ਉਹ ਜਦੋਂ ਮੈਂ ਆਪਣੀ ਐਨੀਮੇਸ਼ਨ ਦੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਡਿਜੀਟਲ ਪੇਂਟਿੰਗ ਸਿੱਖ ਰਿਹਾ ਸੀਗਾ 6 ਮੰਥਸ ਹੋ ਗਏ ਸੀ ਮੈਨੂੰ ਸਟੱਡੀ ਕਰਦੇ ਫਿਰ ਇੱਕ ਵਾਰੀ ਮੈਂ ਔਨਲਾਈਨ ਹਰਨਵੀਰ ਸਿੰਘ ਨੇ ਫੋਟੋਗ੍ਰਾਫਰ ਮੈਂ ਉਹਨਾਂ ਨੂੰ ਦੇਖਿਆ ਸੋ ਉਹਨਾਂ ਦਾ ਵਰਕ ਬਹੁਤ ਜ਼ਿਆਦਾ ਇੰਸਪਾਇਰ ਕਰਨ ਵਾਲਾ ਸੀਗਾ ਵੀ ਮੈਨੂੰ ਨਹੀਂ ਕਈਆਂ ਨੂੰ ਬਹੁਤ ਯੂਥ ਆ ਜਿਹੜਾ ਵੀ ਲਾਈਕ ਯੂਥ ਕੀ ਆਲ ਓਵਰ ਕੋਈ ਵੀ ਦੇਖਦਾ ਦੈਨ ਕਿਹੜੇ ਕਿਹੜੇ ਫੀਲਡ ਕੋਈ ਕਿਸੇ ਹੋਰ ਫੀਲਡ 'ਚ ਕੰਮ ਕਰ ਰਹੇ ਨੇ ਏਜ ਆਪਣੀ ਕੱਢ ਚੁੱਕੇ ਨੇ ਉਹ ਵੀ ਬੈਕ ਟੂ ਵਾਪਸ ਉਸ ਚੀਜ਼ 'ਤੇ ਆਉਣਾ ਚਾਹੁੰਦੇ ਨੇ ਵੀ ਕੁਛ ਕ੍ਰੀਏਟਿਵ ਕਰੀਏ ਅਤੇ ਕਿਹੜਾ ਯੂਥ ਆ ਉਹਨੂੰ ਇੱਕ ਵੇ ਮਿਲਣ ਲੱਗ ਗਿਆ ਵੀ ਹਾਂ ਕੁਛ ਹੋ ਸਕਦਾ ਸੋ ਜਦ ਮੈਂ ਉਹਨਾਂ ਦਾ ਵਰਕ ਦੇਖਿਆ ਔਨਲਾਈਨ ਹੀ ਸੋਸ਼ਲ ਮੀਡੀਆ ਦੇ ਉੱਤੇ ਅਤੇ ਮੈਨੂੰ ਲੱਗਿਆ ਵੀ ਹਾਂ ਵੀ ਇਹ ਵੀ ਤਾਂ ਕਰ ਰਹੇ ਨੇ ਕ੍ਰੀਏਟਿਵ ਵਰਕ ਵੀ ਲਾਈਕ ਬੜੇ ਪੋਜ਼ੀਟਿਵ ਜਿਹੀ ਫੀਲ ਆਈ ਸੋ
ਕੁਦਰਤੀ ਇਹ ਹੋਇਆ ਵੀ ਮੈਂ ਆਪਣਾ ਵਰਕ ਸ਼ੇਅਰ ਕੀਤਾ, ਮੈਂ ਵੀ ਆਪਣਾ ਸੋਸ਼ਲ ਮੀਡੀਆ ਤੇ ਫੇਸਬੁੱਕ ਦੇ ਉੱਤੇ ਤੇ ਉਹਨਾਂ ਨੇ ਉਹ ਦੇਖਿਆ ਕੰਮ ਤੇ ਉਹ ਮੇਰੇ ਨਾਲ ਕੰਟੈਕਟ ਕੀਤਾ ਉਹਨਾਂ ਨੇ ਤੇ ਮੈਂ ਉਹਨਾਂ ਨਾਲ ਜੁੜਿਆ ਤੇ ਮੈਨੂੰ ਹੋਰ ਜ਼ਿਆਦਾ ਖੁਸ਼ੀ ਵਾਲੀ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਵੀ ਕੁਛ ਕੀਤਾ ਜਾ ਸਕਦਾ, ਵੀ ਇੱਦਾਂ ਦੀ ਗੱਲ ਨਹੀਂ ਵੀ ਮੈਂ ਆਪਣਾ ਕੰਮ ਪਹਿਲਾਂ ਆਪਣੇ ਕੋਲ ਹੀ ਰੱਖਦਾ ਸੀਗਾ, ਫਿਰ ਉਹਨਾਂ ਨੂੰ ਦੇਖ ਕੇ ਮੈਂ ਆਪਣਾ ਕੰਮ ਸ਼ੇਅਰ ਕਰਨਾ ਸ਼ੁਰੂ ਕੀਤਾ, ਉਹਨਾਂ ਨੇ ਇੰਸਪਾਇਰ ਕੀਤਾ ਇਸ ਚੀਜ਼ ਦੇ ਲਈ। ਸੋ ਇੱਕ ਤਰ੍ਹਾਂ ਦਾ ਮੈਂ ਕਹੂੰਗਾ ਵੀ ਟੀਚਰ ਜਾਂ ਜੋ ਪੜ੍ਹਾਉਂਦੇ ਨੇ ਆਈ ਥਿੰਕ ਉਹ ਟੀਚਰ ਆਪਾਂ ਜਸਟ ਉਹੀ ਟੀਚਰ ਨਹੀਂ, ਉਹ ਟੀਚਰ ਤੁਹਾਡੇ ਆਲੇ ਦੁਆਲੇ ਤੁਹਾਡੇ ਪੇਰੈਂਟਸ ਵੀ ਹੋ ਸਕਦੇ ਨੇ, ਤੁਹਾਡੇ ਫਰੈਂਡਸ ਵੀ ਹੋ ਸਕਦੇ ਨੇ, ਆਲ ਓਵਰ ਹਰੇਕ ਪਾਸੇ ਆਪਾਂ ਨੂੰ ਸਿੱਖਣ ਵਾਲੀ ਜੋਬ ਆ, ਤੁਹਾਨੂੰ ਕੋਈ ਵੀ ਕਿਸੇ ਟਾਈਮ ਵੀ ਸਿਖਾ ਸਕਦਾ। ਸੋ ਬਹੁਤ ਪਰਸਨ ਨੇ ਇੱਦਾਂ ਦੇ ਲਾਈਫ ਦੇ ਵਿੱਚ ਜਿਨ੍ਹਾਂ ਤੋਂ ਮੈਂ ਬਹੁਤ ਕੁਛ ਸਿੱਖਿਆ, ਐਵਰੀ ਸਟੈਪ ਹੁਣ ਹਰੇਕ ਜਗ੍ਹਾ ਦੇ ਉੱਤੇ, ਕੁਛ ਚੰਗਾ ਕੁਛ ਮਾੜਾ ਕੁਛ ਖੁਸ਼ੀ ਵਾਲਾ ਸਭ ਕੁਛ। ਸੋ ਲਾਈਕ ਹਰੇਕ ਸਟੈਪ ਨੂੰ ਆਪਣਾ ਐਜ਼ ਏ ਲਾਈਕ ਇੱਕ ਕਲਾਸ ਰੂਮ ਲੈ ਕੇ ਚੱਲੀਏ ਅਤੇ ਹਰੇਕ ਪਰਸਨ ਨੂੰ ਐਜ਼ ਏ ਟੀਚਰ ਲੈ ਕੇ ਚੱਲੀਏ, ਹਰੇਕ ਤੋਂ ਕੁਛ ਨਾ ਕੁਛ ਪੱਕਾ ਜ਼ਰੂਰ ਸਿੱਖਣ ਨੂੰ ਮਿਲਦਾ। ਸੋ ਟੀਚਰ ਦੇ ਵਿੱਚ ਸਭ ਤੋਂ ਵੱਡਾ ਨਾਮ ਆਉਂਦਾ ਮਦਰ ਦਾ, ਵੀ ਜਿੱਥੇ ਤੱਕ ਮੈਨੂੰ ਮਿਲਦਾ ਵੀ ਜੇ ਕੋਈ ਆਰਟ ਮਿਲੀ ਆ ਮੈਨੂੰ ਤਾਂ ਉਹ ਇੱਕ ਮੈਨੂੰ ਆਪਣੀ ਮਦਰ ਤੋਂ ਮਿਲੀ ਆ। ਆਈ ਥਿੰਕ ਉਹਨਾਂ ਨੇ ਮੈਨੂੰ ਸਿਖਾਇਆ ਕੁਛ ਨਹੀਂ ਹੈ, ਕਦੇ ਬੈਠ ਕੇ ਨਹੀਂ ਕਿਹਾ ਵੀ ਪੇਂਟਿੰਗ ਬ੍ਰਸ਼ ਇੱਦਾਂ ਹੁੰਦਾ, ਸ਼ਰਨ ਸਕੈਚਿੰਗ ਇੱਦਾਂ ਦੀ, ਪਰ ਮੈਂ ਇਹ ਕਹਿਣਾ ਵੀ ਜਦੋਂ ਮੇਰਾ ਜਨਮ ਵੀ ਨਹੀਂ ਹੋਇਆ ਸੀਗਾ, ਜਦੋਂ ਮੈਂ ਉਹਨਾਂ ਦੀ ਸ਼ਾਇਦ ਕੁੱਖ 'ਚ ਆਊਂਗਾ ਉਦੋਂ ਹੀ ਉਹ ਬਹੁਤ ਕੁਛ ਕ੍ਰੀਏਟਿਵ ਕਰਦੇ ਸੀਗੇ। ਆਈ ਥਿੰਕ ਫੈਬਰਿਕ ਦੇ ਉੱਤੇ, ਫੈਬਰਿਕ ਪੇਂਟਿੰਗ ਹੋ ਗਈ, ਸਟਿਚਿੰਗ ਹੋ ਗਈ, ਸ਼ਾਇਦ ਕਿਤੇ ਨਾ ਕਿਤੇ ਉਹ ਚੀਜ਼ਾਂ ਮੇਰੇ ਅੰਦਰ ਵੱਸ ਗਈਆਂ ਉਸੇ ਟਾਈਮ ਦੇ ਵਿੱਚ, ਅਤੇ ਉਹ ਖੂਨ ਦੇ ਵਿੱਚ ਹੀ ਰਹੀਆਂ। ਮੈਂ ਵੱਡਾ ਹੋ ਗਿਆ ਪਰ ਮੈਂ ਹਲੇ ਵੀ ਉਹੀ ਸੀਗਾ, ਵੀ ਉਹ ਕਿਤੇ ਨਾ ਕਿਤੇ ਮੇਰੇ ਅੰਦਰ ਉਹ ਆਰਟ ਵੀ ਵੱਡਾ ਹੁੰਦਾ ਰਿਹਾ ਜਿੱਦਾਂ ਦਾ ਮੈਂ ਵੱਡਾ ਹੋਇਆ। ਸੋ ਮੈਂ ਇਹ ਕਹੂੰਗਾ ਵੀ ਮੈਨੂੰ ਜੋ ਮਿਲਿਆ ਉਹ ਮੇਰੇ ਮਦਰ ਤੋਂ ਮਿਲਿਆ, ਜੋ ਆਰਟ ਮਿਲਿਆ, ਜੋ ਪੈਸ਼ਨ ਮਿਲਿਆ, ਵੀ ਜਿੱਦਾਂ ਉਹਨਾਂ ਨੇ ਹਾਰਡ ਵਰਕ ਕੀਤਾ, ਜਿੱਦਾਂ ਉਹਨਾਂ ਨੇ ਮਿਹਨਤ ਕੀਤੀ, ਮੈਨੂੰ ਆਪਣੇ ਮਦਰ ਤੋਂ ਮਿਲਿਆ। ਪਰ ਜਿਵੇਂ ਕਹੀਏ ਨਾ, ਉਹਨੂੰ ਇੰਪਰੂਵ ਕਰਨ ਵਾਲੇ ਜਾਂ ਉਹਨਾਂ ਨੂੰ ਇੱਕ ਵੇ 'ਤੇ ਲੈ ਕੇ ਆਉਣ ਵਾਲੇ ਉੱਦਾਂ ਦੇ ਕਈ ਟੀਚਰ ਨੇ, ਜਿੱਦਾਂ ਹਰਨਵੀਰਾ ਹੋ ਗਿਆ, ਇੱਕ ਹਰਨੈਨ ਸਰ ਨੇ, ਸੋ ਕਈ ਇੱਦਾਂ ਦੇ ਜਿਨ੍ਹਾਂ ਨੇ ਮੈਨੂੰ ਕੰਮ ਦੇ ਵਿੱਚ ਵੀ ਬਹੁਤ ਜ਼ਿਆਦਾ ਗਾਈਡ ਕੀਤਾ, ਜਰਨੈਲ ਭਾਅ ਜੀ ਨੇ। ਸੋ ਬਹੁਤ ਇੱਦਾਂ ਦੇ ਗਾਈਡ ਕਰਨ ਵਾਲੇ ਪਰਸਨ ਮਿਲੇ ਅਤੇ ਟੀਚਰ ਮਿਲੇ, ਅਤੇ ਮੈਂ ਸ਼ੁਕਰਗੁਜ਼ਾਰ ਹਾਂ ਕਿ ਹਰੇਕ ਸਟੈਪ 'ਤੇ ਉਹਨਾਂ ਨੇ ਮੈਨੂੰ ਸਿਖਾਇਆ। ਸ਼ਰਨਜੀਤ, ਤੁਸੀਂ ਹੁਣੇ ਜ਼ਿਕਰ ਕੀਤਾ ਕਿ ਆਰਟ ਤੁਹਾਨੂੰ ਪਰਿਵਾਰ ਤੋਂ ਮਿਲਿਆ, ਤੁਹਾਡੇ ਮਦਰ ਤੋਂ ਆਰਟ ਜਿਹੜਾ ਹੈਗਾ ਕਲਾ ਤੁਹਾਡੇ ਅੰਦਰ ਵਸੀ ਹੋਈ ਆ, ਤੇ ਜੇ ਅਸੀਂ ਗੱਲ ਕਰੀਏ ਤੁਹਾਡੇ ਆਰਟ ਦੀ ਫੀਲਡ ਦੇ ਵਿੱਚ ਸਟਰਗਲ ਦੀ, ਹਾਂਜੀ, ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਨੂੰ ਕਿੰਨੀ ਸਟਰਗਲ ਕਰਨੀ ਪਈ? ਹਾਲਾਂਕਿ ਤੁਸੀਂ ਪਹਿਲਾਂ ਜ਼ਿਕਰ ਕੀਤਾ, ਪਰ ਫਿਰ ਵੀ ਮੈਂ ਸਪੈਸੀਫਿਕਲੀ ਜਾਣਨਾ ਚਾਹੂੰਗਾ ਕਿ ਤੁਹਾਨੂੰ ਕਿੰਨੀ ਸਟਰਗਲ ਕਰਨੀ ਪਈ, ਕਿੰਨੇ ਕਿੰਨੇ ਘੰਟੇ ਦੀ ਪ੍ਰੈਕਟਿਸ ਕਰਕੇ ਤੁਸੀਂ ਇੱਕ ਡਿਜੀਟਲ ਆਰਟਿਸਟ ਦੇ ਤੌਰ ਤੇ ਅੱਜ ਆਪਣਾ ਮੁਕਾਮ ਬਣਾਇਆ। ਮੈਂ ਉਹਨੂੰ ਜ਼ਿਆਦਾ ਸਟਰਗਲ ਨਹੀਂ ਮੰਨਦਾ, ਮੈਂ ਉਹਨੂੰ ਲਰਨਿੰਗ ਮੰਨਦਾ, ਸਾਰਾ ਲਰਨਿੰਗ ਪ੍ਰੋਸੈਸ ਆ। ਆਈ ਥਿੰਕ ਪਹਿਲਾਂ ਹੀ ਵਾਹਿਗੁਰੂ ਨੇ ਤੁਹਾਡੇ ਲਈ ਲਾਈਕ ਬਣਾ ਕੇ ਰੱਖਿਆ ਹੋਇਆ। ਸੋ ਜਿੰਨਾ ਜ਼ਿਆਦਾ ਔਂਕੜ ਆ ਰਹੀਆਂ ਨੇ, ਜਿੰਨੇ ਜ਼ਿਆਦਾ ਮੁਸ਼ਕਿਲ ਆ ਰਹੀਆਂ, ਉਨਾ ਤੁਸੀਂ ਇੱਕ ਸਹੀ ਰਾਹ 'ਤੇ ਜਾ ਰਹੇ ਹੋ, ਉਨਾ ਲਾਈਕ ਤੁਹਾਨੂੰ ਇੱਕ ਤੁਹਾਡੀ ਮੰਜ਼ਿਲ ਜ਼ਿਆਦਾ ਵਧੀਆ। ਕਹਿਣ ਦਾ ਮਤਲਬ ਤੁਸੀਂ ਇਹੀ ਸੋਚ ਲਓ ਵੀ ਜੇ ਤੁਹਾਡਾ ਰਾਸਤਾ ਸਾਫ਼ ਆ ਤਾਂ ਇਹ ਸਮਝ ਲਓ ਵੀ ਤੁਸੀਂ ਕੋਈ ਜ਼ਿਆਦਾ ਵਧੀਆ ਮੰਜ਼ਿਲ ਤੱਕ ਨਹੀਂ ਜਾ ਰਹੇ। ਸੋ ਉਹਦੇ ਲਈ ਉਸ ਵੇ 'ਤੇ ਚੱਲਣ ਦੇ ਲਈ ਹਾਰਡ ਵਰਕ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ। ਵਾਹਿਗੁਰੂ ਗੁਣ ਸਭ ਨੂੰ ਦਿੰਦਾ, ਸਭ ਨੂੰ ਮਿਲਦੇ ਨੇ ਗੁਣ, ਪਰ ਉਹ ਗੁਣ ਨਿਕਲਦੇ ਹਾਰਡ ਵਰਕ ਨਾਲ ਹੀ ਨੇ। ਜੇ ਤੁਸੀਂ ਉਹਦੇ 'ਤੇ ਮਿਹਨਤ ਕਰੋਗੇ, ਸਭ ਨੂੰ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨੂੰ ਗੁਣ ਕੀ ਦਿੱਤੇ ਨੇ। ਬਹੁਤ ਜ਼ਿਆਦਾ ਇੱਦਾਂ ਦੇ ਬੱਚੇ ਬੈਠੇ ਨੇ ਜਾਂ ਇੱਦਾਂ ਦਾ ਯੂਥ ਬੈਠਾ ਜਿਨ੍ਹਾਂ ਨੂੰ ਹਾਲੇ ਤੱਕ ਇਹੀ ਨਹੀਂ ਪਤਾ ਵੀ ਮੇਰੇ 'ਚ ਗੁਣ ਕੀ ਆ। ਇੱਕ ਵਾਰੀ ਉਹ ਆਪਣੇ ਗੁਣ ਨੂੰ ਸਮਝ ਲੈਣ, ਕਈਆਂ ਨੂੰ ਪਤਾ ਹੁੰਦਾ ਗੁਣ ਹੈਗਾ ਫਿਰ ਵੀ ਉਹਨੂੰ ਯੂਜ਼ ਨਹੀਂ ਕਰਦੇ। ਸਭ ਤੋਂ ਇੰਪੋਰਟੈਂਟ ਉਹਨਾਂ ਦਾ ਗੁਣ ਨੂੰ ਸਮਝਣਾ, ਗੁਣ ਪਤਾ ਲੱਗ ਗਿਆ ਤਾਂ ਉਸ 'ਤੇ ਮਿਹਨਤ ਕਰਨੀ, ਉਸ ਤੋਂ ਬਿਨਾਂ ਕਦੇ ਵੀ ਘੜੇ ਬਿਨਾਂ ਪੈਨਸਿਲ ਸ਼ਾਰਪ ਨਹੀਂ ਹੋਊਗੀ ਜਦ ਤੱਕ ਤੁਸੀਂ ਮਿਹਨਤ ਨਹੀਂ ਕਰੋਗੇ। ਸੋ ਮਿਹਨਤ ਕਰਨੀ ਬਹੁਤ ਜ਼ਰੂਰੀ ਸੀ ਅਤੇ ਉਹ ਮੈਨੂੰ ਪਤਾ ਹੀ ਸੀ ਸਟਾਰਟ ਦੇ ਉੱਤੇ। ਮੈਨੂੰ ਲੱਗਦਾ ਮੈਂ ਬਚਪਨ ਦੇ ਵਿੱਚ ਇਹ ਗੱਲ ਸਮਝ ਗਿਆ ਸੀਗਾ ਵੀ ਮਿਹਨਤ, ਆਈ ਥਿੰਕ ਮੇਰੇ ਆਲੇ ਦੁਆਲੇ ਮਿਹਨਤੀ ਬੰਦੇ ਬੜੇ ਰਹੇ ਨੇ ਸ਼ਾਇਦ ਤਾਂ ਕਰਕੇ, ਮਤਲਬ ਜਦ ਮੈਂ ਆਪਣੇ ਨਾਨਾ ਜੀ ਹੋਣਾ ਨੂੰ, ਮਾਮਾ ਜੀ ਹੋਣਾ ਨੂੰ, ਪਾਪਾ ਹੋਣਾ ਨੂੰ, ਸਾਰਿਆਂ ਨੂੰ ਦੇਖਦਾ ਵੀ ਉਹਨਾਂ ਨੇ ਬੜੀ ਮਿਹਨਤ ਕੀਤੀ ਆ। ਮੈਂ ਉਹਨਾਂ ਦੇ ਵਿਚ ਰਿਹਾ ਜਾਂ ਲੱਕੜ ਦਾ ਕੰਮ ਕਰਦੇ ਕਿ ਲਾਈਕ ਜਿੱਦਾਂ ਹਾਰਡ ਵਰਕ ਕਰਦੇ ਸੀਗੇ, ਉਹ ਪਹਿਲਾਂ ਪਤਾ ਲੱਗ ਗਿਆ ਸੀ ਵੀ ਮਿਹਨਤ ਬਹੁਤ ਜ਼ਿਆਦਾ ਜ਼ਰੂਰੀ ਆ। ਸੋ
ਤੁਹਾਨੂੰ ਲਰਨਿੰਗ ਜਦੋਂ ਤੁਸੀਂ ਸਿੱਖ ਗਏ ਉਦੋਂ ਸ਼ਾਇਦ ਤੁਸੀਂ 6-7 ਘੰਟੇ ਕੰਮ ਕਰ ਸਕਦੇ ਹੋ ਡਿਫਰੈਂਟ ਆ ਪਰ ਜਦੋਂ ਤੁਸੀਂ ਲਰਨ ਕਰ ਰਹੇ ਹੋ ਨਾ ਤੁਹਾਨੂੰ 12-14 ਘੰਟੇ ਤੁਹਾਨੂੰ ਆਪਣੇ ਪ੍ਰੋਸੈਸ ਨੂੰ ਦੇਣੇ ਪੈਣੇ ਨੇ ਜਦੋਂ ਤੁਸੀਂ ਲਰਨਿੰਗ ਪ੍ਰੋਸੈਸ ਦੇ ਵਿੱਚ ਹੋ ਸੋ ਮੈਂ ਉਹੀ ਕੀਤਾ ਮੇਰੇ ਹਮੇਸ਼ਾ ਮਾਇੰਡ ਦੇ ਵਿੱਚ ਰਿਹਾ ਵੀ ਮੈਂ ਸਿੱਖਣਾ ਲਰਨ ਕਰਨਾ ਅਤੇ ਮੈਂ ਹਾਲੇ ਵੀ ਲਰਨ ਕਰ ਰਿਹਾ ਅਤੇ ਮੈਂ ਉਸੇ ਤਰੀਕੇ ਨਾਲ ਚੱਲਿਆ ਮੈਂ ਆਪਣੀ ਸਟੱਡੀ ਨੂੰ ਜਦੋਂ ਮੈਂ ਲਾਈਕ ਸਟੱਡੀ ਆਪਣੇ ਕਾਲਜ ਮਤਲਬ ਇੰਸਟੀਟਿਊਟ ਛੱਡਿਆ ਐਨੀਮੇਸ਼ਨ ਦਾ ਉਸ ਤੋਂ ਬਾਅਦ ਜਦ ਮੈਂ ਘਰੇ ਗਿਆ ਅਤੇ ਘਰੇ ਜਦ ਮੈਨੂੰ ਲੱਗਿਆ ਮੈਂ ਡਿਜੀਟਲ ਪੇਂਟਿੰਗ ਸਿੱਖਣੀ ਆ ਅਤੇ ਮੈਂ ਉਹਦੇ ਉੱਤੇ 10-12 ਘੰਟੇ ਮਿਨੀਮਮ ਦਿੰਦਾ ਹੀ ਦਿੰਦਾ ਸੀਗਾ ਵੀ ਕਈ ਵਾਰ 16 ਘੰਟੇ ਵੀ ਨਿਕਲ ਜਾਂਦੇ ਸੀ ਮੈਨੂੰ ਸਿਟਿੰਗ ਨੂੰ ਕਿਉਂਕਿ ਮੈਨੂੰ ਇਹ ਸੀਗਾ ਵੀ ਮੈਂ ਜਲਦੀ ਜਲਦੀ ਸਿੱਖਣਾ ਅਤੇ ਜਲਦੀ ਤੋਂ ਜਲਦੀ ਮੈਂ ਸਿੱਖ ਕੇ ਮੈਂ ਆਪਣੇ ਘਰਦਿਆਂ 'ਤੇ ਹੋਰ ਜ਼ਿਆਦਾ ਘਰ ਬੈਠ ਕੇ ਰੋਟੀ ਨਹੀਂ ਖਾ ਸਕਦਾ ਸੀਗਾ ਮੈਨੂੰ ਇਹ ਸੀਗਾ ਵੀ ਮੈਂ ਛੇਤੀ ਛੇਤੀ ਕੁਛ ਕਰਾਂ ਕਿਉਂਕਿ ਮੈਂ ਇੱਕ ਮਿਹਨਤੀ ਪਰਿਵਾਰ ਨਾਲ ਜੁੜਿਆ ਹੋਇਆ ਸੋ ਉਹ ਤਾਂ ਕਰਕੇ ਮੈਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਆਪਣੇ ਸਟੱਡੀ ਨੂੰ ਦਿੱਤਾ ਸੋ ਆਈ ਥਿੰਕ 14 ਘੰਟੇ ਨੋਰਮਲ ਸੀਗੇ ਜਿਹੜੇ ਮੈਂ ਟਾਈਮ ਦਿੰਦਾ ਸੀਗਾ ਅਤੇ ਉਹ 'ਚ ਕਈ ਜ਼ਿਆਦਾ ਪ੍ਰੋਬਲਮਸ ਵੀ ਆ ਜਾਂਦੀਆਂ ਨੇ ਤੁਸੀਂ ਸਟੱਡੀ ਕਰਦੇ ਹੋ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਯਾਰ ਕਿਹੜੀ ਚੀਜ਼ ਕਰ ਰਿਹਾ ਹੁੰਦੀ ਨਹੀਂ ਹੈਗੀ ਮੇਰੇ ਨਾਲ ਅੱਜ ਵੀ ਹੁੰਦਾ ਇਹ ਮੈਂ ਚਾਹੇ ਕਿੰਨਾ ਮਰਜ਼ੀ ਐਕਸਪੀਰੀਅੰਸ ਲੈ ਲਿਆ ਵੀ ਅੱਜ ਵੀ ਮੈਂ ਕਿਸੇ ਪ੍ਰੋਜੈਕਟ ਦੇ ਉੱਤੇ ਕੰਮ ਕਰਦਾ ਮੈਨੂੰ ਇੱਕ ਦਿਨ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਕਰਾਂ ਕੀ ਦੈਨ ਹੌਲੀ 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 ਮੈਂ ਡਰਾਅ ਕਰਦਾ ਹੌਲੀ ਹੌਲੀ ਡਰਾਅ ਕਰਦਾ ਦੈਨ ਸ਼ੇਪ ਬਣਦੀ ਹੈ ਪਰ ਅੱਜ ਵੀ ਮੈਂ ਲਰਨਿੰਗ ਪ੍ਰੋਸੈਸ ਦੇ ਵਿੱਚ ਅੱਜ ਵੀ ਮੈਂ ਆਪਣੇ ਆਪ ਨੂੰ 12-14 ਘੰਟੇ ਕੰਮ ਨੂੰ ਦਿੰਦੇ ਹੀ ਦਿੰਦਾ ਇਹ ਮੇਰਾ ਪ੍ਰੋਸੈਸ ਆ ਕਿਉਂਕਿ ਮੈਂ ਅੱਜ ਵੀ ਆਪਣੇ ਆਪ ਨੂੰ ਲਰਨਿੰਗ ਪ੍ਰੋਸੈਸ ਦੇ ਵਿੱਚ ਸਮਝਦਾ ਸੋ ਇੱਕ ਵਾਰ ਇੱਦਾਂ ਹੀ ਗੱਲ ਆ ਵੀ ਮੈਂ ਇੱਕ ਵਾਰ ਪੇਂਟਿੰਗ ਕਰ ਰਿਹਾ ਸੀਗਾ ਅਤੇ ਮੈਨੂੰ ਇਹ ਸੀਗਾ ਵੀ ਮੈਂ ਹੁਣ ਆਪਣਾ ਜੋ ਆਹ ਪਹਿਲਾਂ ਕੰਮ ਕੀਤੇ ਨੇ 8-10 ਪੇਂਟਿੰਗ ਬਣਾ ਚੁੱਕਿਆ ਪਰ ਇਹ ਇਸ ਵਾਰੀ ਜੋ ਪੇਂਟਿੰਗ ਬਣਾਉਣੀ ਹੈ ਨਾ ਉਹ ਸਭ ਤੋਂ ਲਾਈਕ ਨੈਕਸਟ ਸਟੈਪ ਹੋਊਗੀ ਜੀ ਸੋ ਜਦੋਂ ਮੈਂ ਉਹ ਕਰਨ ਲੱਗਿਆ ਤਾਂ ਮੈਂ 3 ਦਿਨ ਉਹਦੇ 'ਤੇ ਕੰਮ ਕਰ ਚੁੱਕਿਆ ਸੀ ਰੂਟੀਨ ਵੀ 10-10, 12-12 ਘੰਟੇ ਲਾ ਚੁੱਕਿਆ ਸੀਗਾ ਜੀ ਅਤੇ ਬੈਠ ਕੇ ਜਦੋਂ 3-4 ਦਿਨ ਆਇਆ ਮੈਂ ਜਦੋਂ ਉਹਨੂੰ ਡਰਾਅ ਕਰਨ ਲੱਗਿਆ ਅਤੇ ਇੱਕੋ ਦਮ ਮੇਰੇ ਲੈਪਟਾਪ ਦੀ ਬੈਟਰੀ ਨਹੀਂ ਚੱਲਦੀ ਸੀ ਅਤੇ ਲਾਈਟ ਚਲੇ ਗਈ ਪਤਾ ਨਹੀਂ ਲੱਗਿਆ ਅਤੇ ਉਹ ਬੰਦ ਹੋ ਗਿਆ ਅਤੇ ਫਾਈਲ ਕਰੈਸ਼ ਹੋ ਗਈ ਲਾਈਕ ਮੇਰੇ ਲਈ ਉਹ ਇੱਕ ਸ਼ੌਕ ਸੀਗਾ ਇੱਕੋ ਦਮ 6:30 ਦਾ ਸ਼ਾਮ ਦਾ ਟਾਈਮ ਸੀਗਾ ਲਾਈਕ ਮੈਂ ਜਦੋਂ ਦੇਖਿਆ ਥੋੜ੍ਹੀ ਦੇਰ ਬਾਅਦ 1 ਘੰਟੇ ਬਾਅਦ ਲਾਈਟ ਆ ਗਈ ਅਤੇ ਮੈਂ ਔਨ ਕੀਤਾ ਅਤੇ ਜਦ ਦੇਖਿਆ ਤਾਂ ਫਾਈਲ ਚੱਲੇ ਨਾ ਮੈਂ ਕਿਹਾ ਇਹ ਕੀ ਫਾਈਲ ਕਰਪਟ ਹੋ ਗਈ ਫਿਰ ਮੈਂ ਦੇਖਿਆ ਟਰਾਈ ਕੀਤਾ ਸਰਚ ਕੀਤੀ ਨੈਟ ਦੇ ਉੱਤੇ ਵੀ ਕਿਸੇ ਤਰੀਕੇ ਨਾਲ ਕੋਈ ਸਲਿਊਸ਼ਨ ਪਰ ਨਹੀਂ ਮਿਲਿਆ ਫਿਰ ਮੈਂ ਕਿਹਾ ਯਾਰ ਵੀ ਹੋ ਕੀ ਰਿਹਾ ਇਹ ਵੀ ਕਿਉਂ ਇੱਦਾਂ ਪ੍ਰੋਬਲਮਸ ਕਿਉਂ ਆ ਰਹੀਆਂ ਨੇ ਫਿਰ ਮੈਂ ਥੋੜ੍ਹੀ ਦੇਰ ਬੈਠਿਆ ਫਿਰ ਪਤਾ ਨਹੀਂ ਮੇਰੇ ਮਨ ਦੇ ਵਿੱਚ ਕੀ ਆਇਆ ਮੈਂ ਨਾਲ ਦੀ ਨਾਲ ਉਹ ਫਾਈਲ ਸਾਈਡ 'ਤੇ ਰੱਖੀ ਅਤੇ ਮੈਂ ਨਵੀਂ ਉਸ ਸੇਮ ਪੇਂਟਿੰਗ ਦੁਬਾਰਾ 0 ਤੋਂ ਸਟਾਰਟ ਕੀਤੀ ਅਤੇ ਉਹੀ ਜਿਹੜੀ ਮੈਂ 5-6 ਦਿਨ ਦੇ ਵਿੱਚ ਕੰਪਲੀਟ ਕਰਨੀ ਸੀ ਵੀ ਅੱਜ ਹੁਣ ਜਦ ਮੈਂ ਸ਼ੁਰੂ ਕੀਤੀ ਤਾਂ ਮੈਂ 3 ਦਿਨ ਦੇ ਵਿੱਚ ਕਵਰ ਕਰ ਲਈ ਵੀ ਲਾਈਕ ਮੈਂ ਸੋਚ ਲਿਆ ਸੀ ਵੀ ਮੈਂ ਗਿਵ ਅਪ ਨਹੀਂ ਕਰਨਾ ਵੀ ਕੋਈ ਗੱਲ ਨਹੀਂ ਲਰਨਿੰਗ ਪ੍ਰੋਸੈਸ ਆ ਮੈਂ ਅੱਜ ਵੀ ਉਹ ਕਰਪਟ ਫਾਈਲ ਸਾਂਭ ਕੇ ਰੱਖੀ ਹੋਈ ਆ ਵੀ ਉਹਨੇ ਮੈਨੂੰ ਸਿਖਾਇਆ ਵੀ ਨਹੀਂ ਵੀ ਇਹ ਔਂਕਣਾ ਜਦ ਵੀ ਆਪਾਂ ਕੁਝ ਨੈਕਸਟ ਸਟੈਪ 'ਚ ਚੱਲਣ ਲੱਗਾਂਗੇ ਨਾ ਪ੍ਰੋਬਲਮਸ ਆਉਣਗੀਆਂ ਪਰ ਉਸ ਪ੍ਰੋਬਲਮਸ ਤੋਂ ਹੀ ਅੱਗੇ ਨਿਕਲਣਾ ਹੀ ਤੁਹਾਡਾ ਲਾਈਕ ਇੱਕ ਲਾਈਫ ਆ ਤੁਹਾਡੀ ਸੋ ਸਟਰਗਲ ਆ ਆਪਾਂ ਸਟਰਗਲ ਕਹਿ ਸਕਦੇ ਹਾਂ ਮੇਰੇ ਲਈ ਲਰਨਿੰਗ ਅੱਜ ਵੀ ਚੱਲ ਰਹੀ ਆ ਅੱਜ ਵੀ ਇੱਦਾਂ ਦੇ ਪ੍ਰੋਜੈਕਟ ਦੇ ਵਿੱਚ ਹਾਂ ਅੱਜ ਮੂਵੀ ਪ੍ਰੋਜੈਕਟ ਕਰ ਰਹੇ ਹਾਂ ਸੋ ਇੱਕ ਵਧੀਆ ਲਰਨਿੰਗ ਹੋ ਰਹੀ ਹੈ ਜੀ ਸ਼ਰਨ ਜੀ ਤੁਸੀਂ ਕੰਪਿਊਟਰ 'ਤੇ ਪੇਂਟਿੰਗ ਬਣਾਉਂਦੇ ਹੋ ਹਾਂਜੀ ਡਿਜੀਟਲ ਪੇਂਟਿੰਗ ਹੈ ਡਿਜੀਟਲ ਆਰਟ ਆਪਾਂ ਇਹਨੂੰ ਕਹਿੰਦੇ ਹਾਂ ਅੱਜ ਕੱਲ੍ਹ ਸਮੇਂ ਦੀ ਲੋੜ ਵੀ ਹੈ ਅਤੇ ਇਹਦਾ ਟ੍ਰੈਂਡ ਵੀ ਬਹੁਤ ਚੱਲ ਰਿਹਾ ਦੂਜੇ ਪਾਸੇ ਇੱਕ ਆਰਟਿਸਟ ਹੈ ਜੋ ਕੈਨਵਸ ਦੇ ਉੱਤੇ ਆਇਲ ਪੇਂਟਸ ਦੇ ਨਾਲ ਵਾਟਰ ਦੇ ਪੇਂਟ ਦੇ ਨਾਲ ਅਤੇ ਜਾਂ ਸਕੈਚਿੰਗ ਕਰ ਕਰਕੇ ਇੱਕ ਪੋਰਟਰੇਟ ਨੂੰ ਇੱਕ ਲੈਂਡਸਕੇਪ ਨੂੰ ਤਿਆਰ ਕਰਦਾ ਹਾਂਜੀ ਮਿਹਨਤ ਇਹਦੇ ਵਿੱਚ ਵੀ ਬਹੁਤ ਹੈ ਅਤੇ ਮਿਹਨਤ ਉਹਦੇ ਵਿੱਚ ਵੀ ਬਹੁਤ ਹੈ ਹਾਂਜੀ ਦੋਨਾਂ ਦਾ ਆਪਣਾ ਆਪਣਾ ਸਥਾਨ ਆ ਆਰਟਿਸਟਾਂ ਦਾ ਹਾਂਜੀ ਅਤੇ ਆਪਣੀ ਆਪਣੀ ਤੌਰ 'ਤੇ ਮਿਹਨਤ ਕਰਦੇ ਨੇ ਬਿਲਕੁਲ ਪਰ ਤੁਸੀਂ ਜੇ ਇਹਦਾ ਕੰਪੈਰੀਜ਼ਨ ਕਰਨਾ ਹੋਵੇ ਤਾਂ ਕਿੱਦਾਂ ਕੰਪੇਅਰ ਕਰੋਗੇ ਕਿ ਖੁਦ ਵੀ ਥੋੜ੍ਹਾ ਬਹੁਤਾ ਪੇਂਟਿੰਗ ਜਾਂ ਡਰਾਅ ਕਰਦੇ ਹੋ ਹਾਂਜੀ ਬਿਲਕੁਲ ਬਚਪਨ ਤੋਂ ਕਿਵੇਂ ਕਹਿੰਦਾ ਨਾ ਵੀ ਬੇਸ ਉਹੀ ਰਿਹਾ ਹੁਣ ਬਚਪਨ ਦੇ ਵਿੱਚ ਮੈਨੂੰ 5th-6th ਕਲਾਸ 'ਚ ਤਾਂ ਡਿਜੀਟਲ ਪੈਡ ਮਿਲਿਆ ਨਹੀਂ ਜਾਂ ਕੰਪਿਊਟਰ ਮਿਲਿਆ ਨਹੀਂਗਾ ਜੀ ਸੋ ਬੇਸ ਮੇਰਾ ਉਹੀ ਸੀਗਾ ਵੀ ਮੈਂ ਪਹਿਲਾਂ ਕਾਰਟੂਨਸ ਡਰਾਅ ਕਰਦਾ ਸੀਗਾ ਸਕੈਚਿੰਗ ਦੇ ਵਿੱਚ ਸ਼ੌਂਕ ਸੀਗਾ ਉਸ ਤੋਂ ਬਾਅਦ ਹੌਲੀ ਹੌਲੀ ਸਕੈਚਿੰਗ ਤੋਂ ਮੇਰਾ ਇੰਟਰਸਟ ਪੇਂਟਿੰਗ ਵਾਲਾ ਆਇਆ ਆਇਲ ਪੇਂਟਿੰਗ ਵਾਲਾ ਮੈਂ ਡਿਜੀਟਲ ਮੀਡੀਅਮ ਦੇ ਉੱਤੇ ਉਦੋਂ ਆਇਆ ਜਦੋਂ ਮੈਨੂੰ ਲੱਗਿਆ ਵੀ ਇਹ ਕੁਛ ਨਵਾਂ ਹੈਗਾ ਇੱਕ ਨਵਾਂ ਮੀਡੀਅਮ ਆ ਸਮੇਂ ਦੇ ਨਾਲ ਕਈ ਵਾਰ ਬਦਲਣਾ ਪੈਂਦਾ ਪਰ ਮੈਂ ਅੱਜ ਵੀ ਕਿਹੜੀ ਟ੍ਰੈਡੀਸ਼ਨਲ ਪੇਂਟਿੰਗ ਆ ਆਇਲ ਪੇਂਟਿੰਗ ਆ ਸਕੈਚਿੰਗ ਆ ਵਾਟਰ ਕਲਰ ਪੇਂਟਿੰਗ ਮੈਂ ਜ਼ਿਆਦਾ ਰਿਸਪੈਕਟ ਕਰਦਾ ਓਕੇ ਉਹ ਲਾਈਕ ਉਹ ਸੋਲਫੁਲ
आर्ट खुशी ही वखरी है। ओके मैं सच्ची कह रहा हूं खुशी ही वखरी है। मैं हुण भी जो मैनू कदे समा मिलदा मैं स्केचिंग करदा, मैं अपना स्केच पैड अपने कोल रखदा, भी ओदी खुशी ही वखरी है। पर एक डिजिटल मीडिया थोनू समय दे नाल अपने आप नूं मूव करना पैंदा। जी 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 जिवें आपां कहीए आपां डॉक्यूमेंट्स पेपर दे उत्ते बना रहे सीगे, हुण अज कंप्यूटर ते बनाउण लग गए, नीड आ समय दी। जी म्यूजिक बनाउंदे सीगे पहलां लाइव करदे सी, सारा म्यूजिक हुण कंप्यूटराइज हो गया। जी जी सो सारी समय दी नीड आ जी, उस हिसाब नाल हल्का जिहा अपने आप नूं चेंज करना पैंदा। पर हां ए नहीं हैगा वी जे असीं ऑयल पेंटिंग करदे हां तां डिजिटल पेंटिंग जस्ट इक बटन दबिया ते बन गई। जी एदां नहीं हैगा। ऑयल पेंटिंग च जिन्ना समा लगता उन्ना ही डिजिटल पेंटिंग च भी लगता। इत्थे भी जीरो तो ब्रशिज होंदे ने, पेंसिल होंदी है, जीरो तो तुसीं कंप्यूटर दे विच ड्रॉ करदे हो सब कुछ, फिर उस तो बाद पेंट करदे हो। सो वह सारा इदा ही होंदा, प्रोसैस ही यही है जी। भी डिजिटल तुसीं डिजिटल ते ट्रेडिशनल पेंटिंग जस्ट इन्ना का डिफरेंस मान सकते हो भी कि ट्रेडिशनल पेंटिंग आ जस्ट कैनवस से हो रही है, थोड़े हाथ च ब्रश आ, इतने थोड़े हाथ च एक डिजिटल पेन होंगे जिन्हों स्टाइलस कह लें आप, स्टाइलस पेन होंगे तो सामने थोड़े एक स्क्रीन आ जिन्हों देख के तुम एक पैड के उत्ते ड्रॉ कर रहे हो। सिर्फ डिफरेंस इन्ना क होंगे, एफर्ट्स सेम होंगे ने, सेंस भी सेम होंगी है जी। जो थोड़ा ट्रडिशनल पेंटिंग की नहीं नॉलेज हैगी, स्कैचिंग की नहीं नॉलेज हैगी, तुम डिजिटल पेंटिंग के ट्रेडिशनल आर्ट आ, ट्रेडिशनल पेंटिंग हाथ जमाया होवे, कला वसदी होवे, इधर आउण बारे सोचिया जा सकदा। बिल्कुल, मैं हुण भी कोई आर्टिस्ट मैनूं पुछदा हुंदा, कोई पुछदा वी डिजिटल पेंटिंग करदे हो की मैं लर्न कर सकदा, मैं उन्होंने यही पूछता कि तुम स्कैचिंग की है कदे। जी जो कह नहीं की, मैं कहते पहला 6 months 1 year अपनी स्कैचिंग दे उते लाओ जी, क्योंकि ये जस्ट एक बटन दबण वाला काम नहीं है, सेम ओही प्रोसेस आ। लाइक बिना स्कैचिंग तो आओगे थोनू साल उरे लाना पौगा। बिलकुल उरे स्कैचिंग क्यों, स्क्रीन दे उते अपनी अखा खराब करनी। लाइक जब थोड़े को पेपर है पेंसिल है गया, गो एंड ड्रॉ स्कैच, बेसिक सीख के फिर ये आओ ज्यादा। जी 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 शरण जी, तुसी गल कीती के आर्ट थोड़ा बहुता होना जरूरी है, या आपां नूं नाप नहीं सकदे वी कि किन्ना होना जरूरी है। बच्चे दा आर्ट दे विच बेस अच्छा होवे, जिन्ना उहदा बेस वधिया होगा उन्ने उहदे प्रोस्पेक्ट अगे जाके वधिया हो सकदे ने। मेरा तुहानूं क्वेश्चन हुण इह आ वी आपां मान लईए कि बच्चे दा आर्ट विच उहदी सेंसेस अच्छियां ने, उहदा एस्थेटिक सेंस अच्छा, उह ड्रॉ कर लैंदा, ते उहदे अगे एक ट्रेडिशनल पेंटिंग उहदे वल स्कोप है या उहदे वल एरिया है, एक कह दिए कि ऑल टूगैदर डिजिटल पेंटिंग जिहड़ी कंप्यूटर ते हुंदी है उह है, ते आपां इह मन्नीए कि विद्यार्थी दा बच्चे दा इंटरस्ट डिजिटल वल ज्यादा, हां जी, उहदा एनीमेशन वल ज्यादा, उह कंप्यूटर ते करना चाहुंदा, बिल्कुल, तां तुसीं उहनूं किहड़े कोर्स बारे दसोंगे, किस कॉलेज या यूनिवर्सिटी या किसी ऑर्गनाइजेशन बारे दसोंगे जिथों कोर्स कर सकदा ते उह करके अपने आप नूं परिपक्क कर सकदा। सो जिदां कि मैं थोड़ी देर पहलां तुहाडे नाल जिक्र कीता कि ਕਿਹੜੇ ਲਰਨਿੰਗ ਆ ਡਿਜੀਟਲ ਦੀ, ਉਹ ਸਕੈਚਿੰਗ ਤੋਂ ਹੋਣੀ ਆ, ਥੋੜੇ ਬੇਸਿਕਸ ਤੋਂ ਹੋਣੀ ਆ। ਜੇ ਤੁਸੀਂ ਉਹ ਕਿਸੇ ਬੈਟਰ ਇੰਸਟੀਟਿਊਟ ਜਾਂ ਬੈਟਰ ਟੀਚਰ ਕੋਲੋਂ ਸਿੱਖ ਲੈਂਦੇ ਹੋ ਬੇਸਿਕਸ ਸਟਾਰਟ ਦੇ ਵਿੱਚ ਹੀ, ਜਾਂ ਆਪਣੇ ਸਕੂਲ ਦੇ ਵਿੱਚ ਥੋੜੇ ਡਰਾਇੰਗਸ ਦੀ ਕਲਾਸਿਸ ਹੁੰਦੀਆਂ ਨੇ, ਪਲੀਜ਼ ਉਹਨੂੰ, ਜੇ ਤੁਸੀਂ ਆਰਟ ਨੂੰ ਪਿਆਰ ਕਰਦੇ ਹੋ ਦੈਨ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਕੋਲ ਡਰਾਇੰਗ ਟੀਚਰ ਨੇ ਉਹਨਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਿਓ ਉਹਨਾਂ ਨੂੰ, ਅਤੇ ਉੱਥੇ ਮਿਹਨਤ ਕਰੋ ਸਕੂਲ ਦੇ ਵਿੱਚ, ਮੈਂ ਉੱਥੇ ਹੀ ਬਹੁਤ ਕੁਝ ਸਿੱਖਿਆ। ਸੋ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਲਾਈਕ ਬਹੁਤ ਆਰਟਿਸਟ ਹੈਗੇ ਨੇ ਇੱਦਾਂ ਦੇ, ਬਹੁਤ ਇੱਦਾਂ ਦੇ ਕਾਲਜ ਹੈਗੇ ਨੇ ਜਿਹੜੇ ਟ੍ਰੈਡੀਸ਼ਨਲ ਆਰਟ ਪੇਂਟਿੰਗ ਸਿਖਾਉਂਦੇ ਨੇ, ਪਹਿਲਾਂ ਉਹਦੀ ਲਰਨਿੰਗ ਕਰੋ, ਫਿਰ ਜਦ ਤੁਹਾਡਾ ਤੁਸੀਂ ਉਹਦੇ ਵਿੱਚ ਪਰਫੈਕਟ ਹੋ ਗਏ, ਤੁਹਾਨੂੰ ਲੱਗਿਆ ਵੀ ਹਾਂ ਅਸੀਂ ਹੁਣ ਇੱਕ ਵਧੀਆ ਡਰਾ ਕਰ ਸਕਦੇ ਹਾਂ, ਜਾਂ ਸਾਨੂੰ ਕਲਰ ਦੀ ਸੈਂਸ ਆ ਗਈ ਆ, ਅਸੀਂ ਬੇਸਿਕ ਸਮਝ ਚੁੱਕੇ ਹਾਂ, ਫਿਰ ਤੁਸੀਂ ਡਿਜੀਟਲ ਦੇ ਉੱਤੇ ਆਓ। ਅਤੇ ਜਦੋਂ ਤੁਸੀਂ ਡਿਜੀਟਲ ਦੇ ਉੱਤੇ ਆਓਗੇ ਤੁਹਾਨੂੰ ਕਿਸੇ ਵੀ ਟੀਚਰ ਜਾਂ ਕਿਸੇ ਵੀ ਇੰਸਟੀਟਿਊਟ 'ਚ ਜਾਣ ਦੀ ਲੋੜ ਨਹੀਂ, ਕਿਉਂਕਿ ਇੰਸਟੀਟਿਊਟ ਕੋਈ ਹੈ ਹੀ ਨਹੀਂ ਡਿਜੀਟਲ ਦਾ। ਡਿਜੀਟਲ ਪੇਂਟਿੰਗ ਦਾ ਕੋਈ, ਜਦੋਂ ਮੈਂ ਸਟੱਡੀ ਕਰਦਾ ਸੀ ਉਦੋਂ ਵੀ ਨਹੀਂ ਸੀਗਾ ਕੋਈ ਡਿਜੀਟਲ ਪੇਂਟਿੰਗ ਦਾ। ਸੋ ਮੈਂ ਸਾਰੀ ਇਹ ਮੈਨੂੰ ਟ੍ਰੈਡੀਸ਼ਨਲ ਪੇਂਟਿੰਗ ਦੀ ਸੈਂਸ ਸੀਗੀ, ਜਸਟ ਡਿਜੀਟਲ ਦੀ ਮੈਂ ਆਨਲਾਈਨ ਕੁਛ ਪੇਂਟਿੰਗ ਦੇਖੀ ਜਾਂ ਕੁਛ ਆਰਟਿਸਟ ਨੂੰ ਫੋਲੋ ਕੀਤਾ ਅਤੇ ਮੈਨੂੰ ਟੈਕਨੀਕ ਦਾ ਪਤਾ ਲੱਗ ਗਿਆ। ਟੈਕਨੀਕਲੀ ਸੋਫਟਵੇਅਰ ਜਿਹੜੇ ਮੈਂ ਪਹਿਲਾਂ ਹੀ ਸਿੱਖ ਚੁੱਕਿਆ ਸੀਗਾ ਐਨੀਮੇਸ਼ਨ ਦੇ ਵਿੱਚ, ਸੋ ਮੈਨੂੰ ਟੈਕਨੀਕਲੀ ਜ਼ਿਆਦਾ ਇਸ਼ੂ ਨਹੀਂ ਹੋਇਆ। ਸੋਫਟਵੇਅਰ ਸਿੱਖਣੇ ਨੇ ਤੁਸੀਂ ਨੇ, ਅਤੇ ਟੈਕਨੀਕ ਸੇਮ ਆ,
ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਤੁਹਾਨੂੰ ਪਤਾ ਕਲਰ ਕਿੱਦਾਂ ਮਰਜ ਕਰਨੇ ਆ, ਕਲਰ ਕਿਹੜਾ ਕਿੱਥੇ ਰੱਖਣਾ, ਉਹ ਤੁਸੀਂ ਪਹਿਲਾਂ ਹੀ ਟ੍ਰੈਡੀਸ਼ਨਲੀ ਸਿੱਖ ਚੁੱਕੇ ਹੋ, ਤੇ ਜੇ ਤੁਸੀਂ ਉੱਥੋਂ ਹੀ ਸਿੱਖੋ ਤੇ ਬੈਟਰ ਆ, ਕਿਉਂਕਿ ਉਰੇ ਡਿਜੀਟਲ ਦਾ ਕੋਈ ਇੰਸਟੀਟਿਊਟ ਨਹੀਂ ਹੈਗਾ ਡਿਜੀਟਲ ਪੇਂਟਿੰਗ ਸਿਖਾਉਣ ਵਾਲਾ, ਨਾ ਹੀ ਮੈਨੂੰ ਲੱਗਦਾ ਕੋਈ ਇੱਦਾਂ ਦਾ ਕਾਲਜ ਆ। ਸੋ ਬੈਟਰ ਆ ਔਨਲਾਈਨ ਜਾਓ, ਟ੍ਰੈਡੀਸ਼ਨਲ ਪੇਂਟਿੰਗ ਸਿੱਖੋ, ਔਨਲਾਈਨ ਜਾਓ ਐਂਡ ਸਟੱਡੀ ਕਰੋ। ਫਿਰ ਵੀ ਜੇ ਕੋਈ ਲੱਗਦਾ ਵੀ ਕੋਈ ਇਸ਼ੂ ਹੈਗਾ ਤਾਂ ਤੁਸੀਂ ਓਦਾਂ ਹੀ ਮੇਰੇ ਨਾਲ ਗੱਲ ਕਰ ਸਕਦੇ ਹੋ ਜੇ ਕੋਈ ਹੈਲਪ ਚਾਹੀਦੀ ਆ। ਐਨੀ ਟਾਈਮ ਕੋਈ ਵੀ ਹੈਲਪ ਚਾਹੀਦੀ ਆ, ਲਾਈਕ ਸੀਰੀਅਸਲੀ ਮੈਂ ਤੁਹਾਨੂੰ ਬੜੀ ਫਰੈਂਕਲੀ ਮੈਂ ਇਹੀ ਕਹੂੰਗਾ ਵੀ ਇੰਟਰਨੈਟ ਅੱਜ ਕੱਲ੍ਹ ਇੱਕ ਬੈਸਟ ਟੀਚਰ ਆ, ਜੋ ਉਹਨੂੰ ਐਜ਼ ਏ ਕਲਾਸਰੂਮ ਤੇ ਐਜ਼ ਏ ਟੀਚਰ ਉਹਨੂੰ ਯੂਜ਼ ਕੀਤਾ ਜਾਵੇ। ਜੀ ਬਿਲਕੁਲ, ਉੱਥੇ ਤੁਹਾਨੂੰ 1000 ਟੀਚਰਸ ਮਿਲਣੇ ਨੇ ਜਿਹੜੇ ਤੁਹਾਨੂੰ ਸਿਖਾਉਣ ਨੂੰ ਹਮੇਸ਼ਾ ਰੈਡੀ ਬੈਠੇ ਨੇ। ਲਾਈਕ ਜਿੱਦਾਂ ਤੁਸੀਂ ਇੱਕ ਵੈਬਸਾਈਟ ਤਿਆਰ ਕੀਤੀ ਹੈ, ਹੁਣ ਤੁਸੀਂ ਵੀ ਇੱਕ ਲਰਨਿੰਗ ਪ੍ਰੋਸੈਸ ਲਈ ਕੀਤੀ ਹੈ ਵੀ ਉਹ ਆ ਕੇ ਉੱਥੇ ਲਰਨ ਕਰ ਸਕਣ। ਜੀ ਜੀ ਜੀ, ਸੋ ਇਦਾਂ ਦੀ ਕਈ ਵੈਬਸਾਈਟਸ ਨੇ। ਸ਼ਰਨ ਜੀ, ਬੱਚੇ ਦੇ ਅੰਦਰ ਆਰਟ, ਹਾਂਜੀ ਕਲਾ, ਇਹ ਆਮ ਤੌਰ ਤੇ ਸਾਡੇ ਪੰਜਾਬੀ ਘਰਾਂ ਦੇ ਵਿੱਚ ਉਹਨੂੰ ਪ੍ਰਫੁੱਲਤ ਕਰਨ ਲਈ ਮੌਕੇ ਬੜੇ ਘੱਟ ਦਿੱਤੇ ਜਾਂਦੇ ਨੇ। ਜੇ ਕੋਈ ਕਰਦਾ ਵੀ ਆ ਤਾਂ ਪੇਰੈਂਟਸ ਵੱਲੋਂ ਕਿਤੇ ਨਾ ਕਿਤੇ ਆ ਜਾਂਦਾ ਕਿ ਇਹਦੇ ਵਿੱਚ ਕੀ ਰੱਖਿਆ, ਕੋਈ ਡਾਕਟਰ ਇੰਜੀਨੀਅਰ ਜਾਂ ਕਿਸੇ ਹੋਰ ਲਾਈਨ ਦੇ ਵਿੱਚ ਜਾ ਕੇ ਸੈੱਟ ਹੋ, ਬਿਜ਼ਨਸ ਕਰ, ਨੌਕਰੀ ਕਰ, ਔਰ ਇਹਦੇ ਵਿੱਚ ਕਾਗਜ਼ ਤੇ ਲਾਈਨਾਂ ਮਾਰਨੀਆਂ, ਕਾਲੇ ਕਰਨੇ, ਕੋਈ ਫਿਗਰਸ ਕੱਢਣੀਆਂ, ਉਹਨੂੰ ਇਹ ਕਲਾ ਦਾ ਜਿਹੜਾ ਹੈ ਉਹਦਾ ਮੁੱਲ ਨਹੀਂ ਪਾਇਆ ਜਾਂਦਾ ਬੱਚੇ ਦੀ ਦਾ। ਜਾਂ ਸਭ ਤੋਂ ਵੱਡੀ ਗੱਲ ਆ ਕਿ ਇਹਨੂੰ ਰੁਜ਼ਗਾਰ ਦੇ ਨਾਲ ਜਦੋਂ ਜੋੜ ਕੇ ਕਿਹਾ ਜਾਂਦਾ ਕਿ ਇਹਦੇ ਵਿੱਚ ਕਾਮਯਾਬੀ ਦੇ ਮੌਕੇ ਬੜੇ ਘੱਟ ਨੇ ਤੇ ਉਹਨੂੰ ਬੱਚੇ ਨੂੰ ਡਿਸਕਰੇਜ ਕੀਤਾ ਜਾਂਦਾ। ਹਾਂਜੀ, ਸੋ ਕਿਤੇ ਨਾ ਕਿਤੇ ਗਾਈਡੈਂਸ ਦੀ ਕਮੀ ਬੱਚੇ ਨੂੰ ਤਾਂ ਰਹਿੰਦੀ ਆ, ਪੇਰੈਂਟਸ ਨੂੰ ਵੀ ਅਵੇਅਰਨੈਸ ਦੀ ਕਮੀ ਰਹਿੰਦੀ ਆ। ਸੋ ਤੁਸੀਂ ਜਿੱਦਾਂ ਹੁਣ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਕੇ ਸਥਾਪਿਤ ਹੋਏ ਹੋ, ਸ਼ਾਇਦ ਤੁਸੀਂ ਥੋੜਾ ਬਹੁਤਾ ਇੱਦਾਂ ਦਾ ਤੁਸੀਂ ਵੀ ਕੁਛ ਫੇਸ ਕੀਤਾ ਹੋਊਗਾ ਜਿਵੇਂ ਤੁਸੀਂ ਦੱਸਿਆ ਸਾਨੂੰ। ਸੋ ਤੁਸੀਂ ਕੀ ਸਮਝਦੇ ਹੋ ਪੇਰੈਂਟਸ ਨੂੰ ਕੀ ਕਹੋਗੇ ਤੇ ਉਸ ਬੱਚੇ ਨੂੰ ਵੀ ਕੀ ਕਹੋਗੇ ਕਿ ਉਹਨੂੰ ਆਪਣਾ ਇਰਾਦਾ ਛੱਡ ਦੇਣਾ ਚਾਹੀਦਾ ਜਾਂ ਇਸ ਇਰਾਦੇ ਦੇ ਨਾਲ ਅਗਰ ਉਹਦੇ ਅੰਦਰ ਆਰਟ ਹੈ ਤਾਂ ਉਹਨੂੰ ਅੱਗੇ ਲੈ ਕੇ ਜਾਣਾ ਚਾਹੀਦਾ? ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਮੈਨੂੰ ਉਹਦੇ ਤੋਂ ਇੱਕ ਗੱਲ ਯਾਦ ਆ ਜਾਂਦੀ ਆ ਵੀ ਕਿਵੇਂ ਕਹਿੰਦੇ ਆ ਨਾ ਵੀ ਕਿਹੜਾ ਆਰਟ ਹੁੰਦਾ ਨਾ ਉਹ ਹਰੇਕ ਬੱਚੇ ਦੇ ਵਿੱਚ ਹੁੰਦਾ। ਜੀ, 3-4 ਸਾਲ ਦਾ ਤੁਸੀਂ ਕੋਈ ਬੱਚਾ ਲੈ ਲਓ ਤੇ ਉਹਨੂੰ ਥੋੜਾ ਅਬਜ਼ਰਵ ਕਰੋ ਤੇ ਉਹਦੇ 'ਚ ਇੰਨਾ ਆਰਟ ਭਰਿਆ ਹੁੰਦਾ ਨਾ, ਲਾਈਕ ਕਿਉਰਿਓਸਿਟੀ ਆਰਟ ਭਰ ਭਰ ਕੇ ਰੱਖਿਆ ਹੁੰਦਾ ਉਹ, ਲਾਈਕ ਇੱਕ ਬੋਕਸਿਸ ਦੇ ਨਾਲ ਚੀਜ਼ਾਂ ਬਣਾ ਕੇ ਖੜੀਆਂ ਕਰ ਦਿੰਦੇ ਨੇ, ਇੱਕ ਚੇਅਰ ਨੂੰ ਪੁੱਠੀ ਕਰਕੇ ਉਹਦੇ ਰੱਖ ਰੱਖ ਕੇ ਕੱਪੜਾ ਬੰਨ ਕੇ ਇੱਕ ਉਹਨੂੰ ਬੰਦੇ ਦੀ ਸ਼ੇਪ ਦੇ ਦਿੰਦੇ ਨੇ, ਇੱਕ ਤੰਬੂ ਲਾ ਕੇ ਉਹਦੇ 'ਚ ਖੇਡਣਾ ਸ਼ੁਰੂ ਕਰ ਦਿੰਦੇ ਨੇ, ਲਾਈਕ ਇੱਕ ਐਕਟਰ ਹੁੰਦਾ ਮੰਮੀ ਪਾਪਾ ਬਣਨ ਦਾ ਰੋਲ ਕਰਦੇ ਨੇ। ਸੋ ਇੱਕ ਕੋਈ ਕੋਈ ਮਕੈਨਿਕ ਦਾ ਰੋਲ ਕਰ ਰਿਹਾ ਹੁੰਦਾ, ਕੋਈ ਉਹ ਆਰਟ ਭਰੀ ਹੁੰਦੀ ਆ। ਜੀ, ਪ੍ਰੋਬਲਮ ਇਹ ਹੁੰਦੀ ਆ ਵੀ ਜਿੱਦਾਂ ਇਹਦਾ ਬੜਾ ਹੁੰਦਾ ਨਾ, ਲਾਈਕ ਪੇਰੈਂਟਸ ਉਹਨਾਂ ਨੂੰ ਮਾਇੰਡ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੰਦੇ ਨੇ, ਲਾਈਕ ਵੀ ਨਹੀਂ ਇੰਜੀਨੀਅਰ ਦੇਖੋ ਉਹਨਾਂ ਦਾ ਬੱਚਾ ਇੰਜੀਨੀਅਰ ਆ, ਉਹਨਾਂ ਦਾ ਬੱਚਾ ਲਾਈਕ ਡਾਕਟਰ ਆ, ਉਹਨਾਂ ਦਾ ਵਕੀਲ ਐਡਵੋਕੇਟ ਆ। ਸੋ ਇਹ ਸਾਰੀਆਂ ਚੀਜ਼ਾਂ ਨਾ ਲਾਈਕ ਉਹਨਾਂ ਨੂੰ ਡਿਸਕਰੇਜ ਉਸ ਚੀਜ਼ ਤੋਂ ਤੋੜਦੀਆਂ ਨੇ ਹਲਕਾ ਕਿਤੇ ਨਾ ਕਿਤੇ। ਜੀ, ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਉਹ ਸਾਰੀ ਚੀਜ਼ਾਂ ਤੋਂ ਸਾਈਡ ਕਰਦੇ ਹੁੰਦੇ ਆਰਟਿਸਟ ਨੇ ਸਾਰੇ ਬਚਪਨ ਦੇ ਵਿੱਚ, ਪਰ ਹਲਕਾ 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 ਉਹਨਾਂ ਨੂੰ ਵੱਖਰਾ ਕਰਦੇ ਰਹਿੰਦੇ ਨੇ ਉਸ ਚੀਜ਼ ਤੋਂ। ਜਿਵੇਂ ਕਿ ਬਚਪਨ ਚ ਹੁੰਦੇ ਸਾਰੇ ਆਰਟਿਸਟ ਨੇ ਪਰ ਕਈ ਡਾਕਟਰ ਇੰਜੀਨੀਅਰ ਤੇ ਐਡਵੋਕੇਟ ਬਣ ਜਾਂਦੇ ਨੇ ਤੇ ਕਈ ਸਾਰੀ ਉਮਰ ਬੱਚੇ ਹੀ ਰਹਿੰਦੇ ਨੇ। ਜੀ, ਆਰਟਿਸਟ ਇੱਕ ਬੱਚੇ ਦੀ ਤਰ੍ਹਾਂ ਹੁੰਦਾ। ਸੋ ਪੇਰੈਂਟਸ ਨੂੰ ਇਸ ਚੀਜ਼ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਵੀ ਕਿਹੜੀ ਆਰਟ ਆ ਨਾ, ਵੀ ਸਿਰਫ ਆਰਟ ਫੀਲਡ ਨੀ ਏਦਾਂ ਦੀ ਹੈਗੀ ਜਿੱਥੇ ਬੇਰੁਜ਼ਗਾਰੀ ਹੁੰਦੀ ਹੈ ਜਾਂ ਜਿਹ ਚ ਕੰਮ ਨੀ ਮਿਲਦਾ, ਉਹ ਉਹ ਹਰ ਇੱਕ ਫੀਲਡ ਉਹ ਵਾਲੀ ਬੇਰੁਜ਼ਗਾਰੀ ਲਿਆਊਗੀ ਜਿਹੜਾ ਬੱਚੇ ਨੇ ਆਪਣੇ ਦਿਲ ਨਾਲ ਨੀ ਕੀਤਾ ਹੋਊਗਾ। ਬਿਲਕੁਲ ਠੀਕ ਹੈ, ਜਿੱਥੇ ਉਹ ਮੀਡੀਓਕਰ ਆ, ਐਵਰੇਜ ਆ, ਕਿਤੇ ਵੀ ਕੁਛ ਵੀ ਕਰਾਓ, ਜੋ ਵੀ ਬੱਚਾ ਦਿਲੋਂ ਨਹੀਂ ਕਰੂਗਾ ਨਾ, ਬਿਲਕੁਲ ਉਹਦੇ ਚ ਕਦੇ ਵੀ ਕਾਮਯਾਬ ਨਹੀਂ ਹੋ ਸਕਦਾ। ਬਿਲਕੁਲ ਜੀ, ਠੀਕ ਹੈ। ਸੋ ਜਸਟ ਇੱਕ ਚੀਜ਼ ਤੇ ਫੋਕਸ ਰੱਖੋ, ਜੋ ਬੱਚਾ ਕਰਨਾ ਚਾਹੁੰਦਾ, ਮੈਂ ਨਹੀਂ ਕਹਿੰਦਾ ਵੀ ਇੰਜੀਨੀਅਰਿੰਗ ਨਾ ਕਰੇ, ਕਿਹੜਾ ਬੱਚਾ ਜੇ ਇੰਜੀਨੀਅਰਿੰਗ ਕਰਨਾ ਹੁੰਦਾ ਪਲੀਜ਼ ਉਹਨੂੰ ਡਾਕਟਰ ਨਾ ਪੜਾਓ, ਉਹਨੂੰ ਇੰਜੀਨੀਅਰਿੰਗ ਚ ਭੇਜੋ। ਜੇ ਕੋਈ ਡਾਕਟਰ ਬਣਨਾ ਚਾਹੁੰਦਾ ਉਹਨੂੰ ਇੰਜੀਨੀਅਰਿੰਗ ਨਾ ਕਰਾਓ, ਜੇ ਕੋਈ ਆਰਟਿਸਟ ਬਣਨਾ ਚਾਹੁੰਦਾ ਫਿਰ ਉਹਨੂੰ ਨਾ ਡਾਕਟਰੀ ਕਰਾਓ ਨਾ ਇੰਜੀਨੀਅਰਿੰਗ ਕਰਾਓ, ਉਹਨੂੰ ਆਰਟ ਦੇ ਵਿੱਚ ਜਾਣ ਦਿਓ। ਜੋਬਸ ਦੀ ਕਮੀ ਨਹੀਂ ਹੈਗੀ, ਜੀ ਜਸਟ ਉਹਨਾਂ ਨੂੰ ਦਿਲੋਂ ਕੰਮ ਕਰਨ ਦੋ, ਜਦ ਦਿਲੋਂ ਕਰਨਗੇ ਨਾ ਉਹ ਆਪਣੇ ਆਪ ਕੁਛ ਨਾ ਕੁਛ ਬਣਾ ਲੈਣਗੇ, ਕੁਛ ਨਾ ਕੁਛ ਪੱਕਾ ਬਣੂਗਾ। ਜੀ ਜੀ ਜੀ, ਦਿਲੋਂ ਕਰਨਗੇ, ਖੁਸ਼ ਰਹਿਣਗੇ, ਦਿਲੋਂ ਜੇ ਬੰਦਾ ਖੁਸ਼ ਹੁੰਦਾ ਲਾਈਕ ਫਿਰ ਤਰੱਕੀ ਹੀ ਹੁੰਦੀ ਹੈ। ਜੀ ਬਿਲਕੁਲ। ਸੋ
ਲਾਈਕ ਉਹਨਾਂ ਨੂੰ ਉਹਨਾਂ ਦੇ ਦਿਲ ਦੀ ਗੱਲ ਸਮਝੋ ਤੇ ਲਾਈਕ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਉਸ ਚੀਜ਼ ਲਈ ਇੰਸਪਾਇਰ ਕਰੋ ਜਿਹੜੀ ਚੀਜ਼ ਉਹ ਕਰਨਾ ਚਾਹੁੰਦੇ ਨੇ ਬੱਚੇ ਜੀ। ਤੇ ਇੱਕ ਇੱਕ ਚੀਜ਼ ਮੈਂ ਹੋਰ ਕਰਨਾ ਚਾਹੂੰਗਾ ਵੀ ਇੱਕ ਚੀਜ਼ ਦਾ ਬਹੁਤ ਫਰਕ ਪੈਂਦਾ ਹੁੰਦਾ ਵੀ ਜਦੋਂ ਪੇਰੈਂਟਸ ਐਜੂਕੇਟਡ ਨਹੀਂ ਹੁੰਦੇ ਉੱਥੇ ਬਹੁਤ ਇਸ਼ੂ ਆਉਂਦਾ ਹੁੰਦਾ ਕਿਉਂਕਿ ਜੇ ਬੱਚੇ ਜੇ ਪੇਰੈਂਟਸ ਐਜੂਕੇਟਡ ਨਹੀਂ ਹੋਣਗੇ ਤੇ ਬੱਚਿਆਂ ਨੂੰ ਉਹ ਵੇ ਨਹੀਂ ਦੇ ਸਕਣਗੇ ਰਾਹ ਨਹੀਂ ਦੇ ਸਕਣਗੇ। ਸੋ ਹੁਣ ਵੀ ਜਿਹੜੇ ਸਟੱਡੀ ਕਰ ਰਹੇ ਨੇ ਜਾਂ ਹਲੇ ਵੀ ਪੇਰੈਂਟਸ ਜਿਹੜੇ ਜਿਨ੍ਹਾਂ ਦੀ ਐਜੂਕੇਸ਼ਨ ਨਹੀਂ ਵਧੀਆ ਗਈ ਦੈਨ ਪਲੀਜ਼ ਲਾਈਕ ਕਿਸੇ ਐਜੂਕੇਟਡ ਪਰਸਨ ਕੋਲ ਜਾਓ ਉਹਨਾਂ ਤੋਂ ਗਾਈਡੈਂਸ ਲਓ ਵੀ ਬੱਚੇ ਦਾ ਆਹ ਇੰਟਰਸਟ ਆ ਤੇ ਉਹ ਐਜੂਕੇਟਡ ਪਰਸਨ ਤੁਹਾਨੂੰ ਇੱਕ ਵਧੀਆ ਗਾਈਡ ਕਰ ਸਕਦੇ ਨੇ ਵੀ ਹਾਂ ਵੀ ਬੱਚੇ ਨੂੰ ਕੀ ਕਰਵਾਉਣਾ ਚਾਹੀਦਾ। ਸੋ ਇੱਕ ਹਮੇਸ਼ਾ ਇੱਕ ਗਾਈਡੈਂਸ ਦੀ ਲੋੜ ਹੁੰਦੀ ਹੈ ਕਈ ਵਾਰ ਬੱਚਿਆਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਉਹ ਕੀ ਕਰਨਾ ਚਾਹੁੰਦੇ ਨੇ ਜੀ। ਸੋ ਇੱਕ ਐਕਸਪੀਰੀਅੰਸਡ ਬੰਦਾ ਜਿਹੜਾ ਜਿਹਨੇ ਆਪਣੇ ਦਿਲੋਂ ਆਪਣੀ ਫੀਲਡ ਚੁਣੀ ਹੋਵੇ ਉਹ ਇੱਕ ਵਧੀਆ ਤਰੀਕੇ ਨਾਲ ਉਹਨਾਂ ਨੂੰ ਗਾਈਡ ਕਰ ਸਕਦਾ ਜੀ। ਜੀ ਬਿਲਕੁਲ ਸ਼ਰਨ ਜੀ, ਤੁਸੀਂ ਹੁਣੇ ਗੱਲ ਕੀਤੀ ਕਿ ਐਜੂਕੇਟਡ ਪੇਰੈਂਟਸ ਹੋਣੇ ਚਾਹੀਦੇ ਨੇ, ਮੈਂ ਤੁਹਾਡੇ ਤੋਂ ਥੋੜ੍ਹਾ ਜਿਹਾ ਹੋਰ ਅੱਗੇ ਪੁੱਛਣਾ ਚਾਹੁੰਦਾ। ਐਜੂਕੇਸ਼ਨ ਇੱਕ ਫਾਰਮਲ ਐਜੂਕੇਸ਼ਨ ਹੁੰਦੀ ਹੈ ਕਿ ਆਪਾਂ ਕਹਿੰਦੇ ਹਾਂ ਕਿ ਸੋ ਐਂਡ ਸੋ ਪਰਸਨ ਉਹ ਐਮ ਕੌਮ ਹੈ, ਉਹ ਐਮ ਏ ਹੈ, ਉਹ ਡਾਕਟਰ ਹੈ, ਉਹ ਪੀ ਐਚ ਡੀ ਹੈ, ਉਹਨੇ ਉਹ ਟੀਚਰ ਹੈ, ਉਹਨੇ ਐਮ ਏ ਬੀ ਐਡ ਕੀਤੀ ਹੈ। ਸੋ ਇੱਕ ਫਾਰਮਲ ਐਜੂਕੇਸ਼ਨ ਦਾ ਟੈਗ ਹੁੰਦਾ ਜੋ ਹੈ ਨਾ ਵੀ ਇੰਨਾ ਬੰਦਾ ਪੜ੍ਹਿਆ ਲਿਖਿਆ ਹੈ ਉਹ ਐਜੂਕੇਟਡ ਹੈ। ਸੋ ਇੱਕ ਐਜੂਕੇਸ਼ਨ ਦਾ ਜੋ ਆਪਾਂ ਨਵਾਂ ਨਜ਼ਰੀਆ ਜਾਂ ਮਾਡਰਨ ਨਜ਼ਰੀਆ ਇਹ ਹੈ ਕਿ ਉਸ ਬੰਦੇ ਦੀ ਸੋਚ ਮਾਡਰਨ ਹੈ, ਉਹਦੀ ਸੋਚ ਨਵੀਂ ਹੈ, ਉਹ ਆਪਣੇ ਬੱਚੇ ਨੂੰ ਰੋਕਦਾ ਨਹੀਂ ਹੈ। ਉਹ ਇਹ ਨਹੀਂ ਕਹਿੰਦਾ ਕਿ ਮੈਂ ਡਾਕਟਰ ਹਾਂ ਤੇ ਤੂੰ ਵੀ ਡਾਕਟਰ ਬਣਨਾ। ਉਹ ਪੇਰੈਂਟ ਸ਼ਾਇਦ ਇਹ ਕਹੇਗਾ ਕਿ ਮੈਂ ਡਾਕਟਰ ਹਾਂ ਪਰ ਤੇਰੇ ਅੰਦਰ ਜੋ ਟੈਲੈਂਟ ਹੈ ਤੂੰ ਉਸ ਲਾਈਨ ਦੇ ਵਿੱਚ ਅੱਗੇ ਵੱਧ। ਸੋ ਤੁਹਾਡਾ ਇੱਥੇ ਮੈਂ ਥੋੜਾ ਜਿਹਾ ਆਪਾਂ ਚਾਹੁੰਦੇ ਹਾਂ ਵੀ ਤੁਸੀਂ ਦਰਸ਼ਕਾਂ ਨੂੰ ਥੋੜਾ ਜਿਹਾ ਕਲੀਅਰ ਕਰੋ ਵੀ ਤੁਸੀਂ ਐਜੂਕੇਸ਼ਨ ਕਿਹੜੀ ਐਜੂਕੇਸ਼ਨ ਵੱਲ ਗੱਲ ਕਰ ਰਹੇ ਹੋ। ਮੈਂ ਉਹ ਐਜੂਕੇਸ਼ਨ ਦੀ ਗੱਲ ਕਰ ਰਿਹਾ ਜਿਹੜੀ ਸਮਝਦੀ ਆ ਵੀ ਬੱਚਾ ਦਿਲੋਂ ਕੀ ਕਰਨਾ ਚਾਹੁੰਦਾ ਜੀ, ਤੇ ਉਹ ਵੇਟ ਨਹੀਂ ਕਰਦੇ ਵੀ ਹਾਂ ਉਹਨੂੰ ਕਿਸੇ ਕਾਲਜ ਚ ਪਾਇਆ ਜਾਵੇ ਉਥੋਂ ਉਹ ਉਸ ਚੀਜ਼ ਦੀ ਸਟੱਡੀ ਕਰੇ ਜੀ। ਮੈਂ ਉਹ ਪੇਰੈਂਟਸ ਨੂੰ ਐਜੂਕੇਟਡ ਕਹੂੰਗਾ ਵੀ ਜਿਹੜੇ ਨਾ ਬਚਪਨ ਤੋਂ ਹੀ ਬੱਚੇ ਨੂੰ ਸਮਝਣ ਲੱਗ ਜਾਂਦੇ ਨੇ, ਐਜੂਕੇਟਡ ਉਹੀ ਹੁੰਦਾ ਜਿਵੇਂ ਆਪਾਂ ਕਹਿੰਦੇ ਕੋਈ ਸੰਤ ਵੀ ਉਹ ਅਸਲ ਚ ਐਜੂਕੇਟਡ ਹੁੰਦੇ ਨੇ, ਦੇਖ ਕੇ ਸਮਝ ਜਾਂਦੇ ਨੇ ਵੀ ਇਹਨੇ ਕੀ ਕਰਨਾ। ਸੋ ਬੱਚੇ ਨੂੰ ਪੇਰੈਂਟਸ ਨੂੰ ਉਦਾਂ ਦੀ ਐਜੂਕੇਸ਼ਨ ਦੀ ਲੋੜ ਆ ਵੀ ਦੇਖ ਕੇ ਸਮਝਣ ਵੀ ਬੱਚਾ ਇਹ ਕਰਨਾ ਚਾਹੁੰਦਾ ਤੇ ਉਹਨੂੰ ਉਹਦੇ ਦਿਲ ਦੀ ਗੱਲ ਸਮਝਣ, ਉਹਦੇ ਸਭ ਤੋਂ ਕਲੋਜ਼ ਨੇ ਉਹਦੀ ਦਿਲ ਦੀ ਗੱਲ ਸਮਝਣ ਤੇ 5-6 ਸਾਲ 10 ਸਾਲ ਉਹਦੇ ਤੋਂ ਹੀ ਉਹਨੂੰ ਉਸ ਚੀਜ਼ ਦੇ ਵਿੱਚ ਆਰਮੀ ਚ ਜਾਣਾ ਚਾਹੁੰਦਾ ਲਾਈਕ ਉਹਨੂੰ ਓਦਾਂ ਦੀ ਚੀਜ਼ਾਂ ਦਿਖਾਓ, ਬਿਲਕੁਲ ਓਦਾਂ ਦੀ ਜਗ੍ਹਾ ਤੇ ਘੁਮਾਉਣ ਲੈ ਕੇ ਜਾਓ, ਬਿਲਕੁਲ ਉਹਨੂੰ ਜੇ ਲਾਈਕ ਕੋਈ ਕਹਿੰਦਾ ਵੀ ਮੈਂ ਆਰਟ ਕਾਲਜ ਚ ਜਾਣਾ ਚਾਹੁੰਦਾ ਮੈਂ ਆਰਟਿਸਟ ਬਣਾ, ਉਹਨੂੰ ਆਰਟ ਕਾਲਜ ਲੈ ਕੇ ਉੱਥੇ ਘੁਮਾਓ, ਉੱਥੇ ਉਹਦਾ ਟਾਈਮ ਸਪੈਂਡ ਕਰਵਾਓ, ਉਹਦੇ ਆਰਟਿਸਟਾਂ ਨਾਲ ਲਿੰਕ ਬਣਵਾਓ ਤੇ ਆਪ ਵੀ ਉਦਾਂ ਚੀਜ਼ਾਂ ਲਿਆ ਕੇ ਦੋ ਉਹਨਾਂ ਨੂੰ ਉਹ ਕਰਨ। ਉਹ ਅਸਲ ਐਜੂਕੇਸ਼ਨ ਪੇਰੈਂਟਸ ਦੀ। ਉਰੇ ਪੇਰੈਂਟਸ ਕੀ ਕਰਦੇ ਨੇ ਕਹਿ ਦੇਣਗੇ ਵੀ ਹਾਂ ਅਸੀਂ ਐਜੂਕੇਟਡ ਆ, ਪੈਸਾ ਹੈਗਾ, ਕੋਈ ਗੱਲ ਨੀ ਵੀ ਹੁਣ ਇਹ ਜਿੱਦਾਂ ਕਰਦਾ ਕਰੀ ਜਾਣ, ਪਲੱਸ ਵਨ ਪਲੱਸ ਟੂ ਤੋਂ ਬਾਅਦ ਮੈਡੀਕਲ ਨੋਨ ਮੈਡੀਕਲ ਕਰਵਾਉਣ ਤੋਂ ਬਾਅਦ ਜਾਂ ਕੁਛ ਵੀ ਆਰਟਸ ਕਰਵਾਉਣ ਤੋਂ ਬਾਅਦ ਨਾਲ ਦੀ ਨਾਲ ਸਿੱਧਾ ਜਾ ਕੇ ਕਾਲਜ 'ਚ ਛੱਡ ਦੇਣਗੇ। ਹੁਣ ਕਾਲਜ ਵਾਲੇ ਪਤਾ ਕੀ ਜਾਣਗੇ ਲਾਈਕ ਉਹਨਾਂ ਨੂੰ ਸਾਰੀ ਸੈਂਸ ਹੁੰਦੀ ਆ ਵੀ ਹਾਂ ਅੱਛਾ ਸਟੱਡੀ ਏਦਾਂ ਹੁੰਦੀ ਆ, ਸਟੱਡੀ ਏਦਾਂ ਕਿਉਂਕਿ ਆਪ ਐਜੂਕੇਟਡ, ਉਹ ਕਹਿੰਦੇ ਨੇ ਅੱਛਾ ਇਹਨੂੰ ਚੰਗਾ ਪੜ੍ਹਾਇਓ। ਲਾਈਕ ਉਹਨਾਂ ਨੇ ਕੀ ਪੜ੍ਹਾਉਣਾ, ਤੁਸੀਂ ਕੀ ਪੜ੍ਹਾ ਕੇ ਲੈ ਕੇ ਆਏ ਹੋ ਪਹਿਲਾਂ, ਤੁਸੀਂ ਉਹ ਲਾਈਕ ਤੁਹਾਡੇ ਕੋਲ 20 ਸਾਲ ਤੁਹਾਡੇ ਕੋਲ ਰਿਹਾ, ਤੁਸੀਂ ਉਹਨੂੰ ਅੱਜ ਤੱਕ ਕੀ ਹੈ ਕਿੰਨਾ ਕੁ ਜੋੜਿਆ ਉਸ ਚੀਜ਼ ਦੇ ਨਾਲ ਵੀ ਕਿਹੜਾ ਉਹ 4 ਸਾਲ ਦੇ ਵਿੱਚ ਜੋੜ ਦੇਣਗੇ। ਬਿਲਕੁਲ ਵੀ ਤੁਸੀਂ 20 ਸਾਲ ਉਸ ਚੀਜ਼ ਨਾਲ ਕਦੇ ਜੋੜਿਆ ਉਹਨੂੰ, ਠੀਕ ਹੈ, ਉਹਨੂੰ ਕਿਹਾ ਵੀ ਉਸ ਚੀਜ਼ ਨਾਲ ਕਨੈਕਟ ਹੋ, ਠੀਕ ਹੈ, ਤੇ ਇੱਕੋ ਦਮ ਤੁਸੀਂ ਆ ਕੇ ਕਹਿ ਦੋਗੇ ਵੀ ਕਨੈਕਟ ਹੋ। ਲਾਈਕ ਤੁਹਾਨੂੰ ਉਸ ਚੀਜ਼ ਲਈ ਬੱਚਿਆਂ ਨੂੰ ਟਾਈਮ ਦੇਣਾ ਪੈਣਾ, ਉਹਨਾਂ ਨੂੰ ਸਮਝਾਉਣਾ ਪੈਣਾ, ਲਾਈਕ ਉਹਨਾਂ ਨੂੰ ਉਸ ਚੀਜ਼ ਨਾਲ ਜੋੜਨਾ ਪੈਣਾ ਟਾਈਮ ਟੂ ਟਾਈਮ, ਸਮੇਂ ਦੇ ਨਾਲ ਉਹਨਾਂ ਨੂੰ ਤੁਸੀਂ ਅਸਲ ਟੀਚਰ ਹੋ, ਤੁਹਾਨੂੰ ਉਸ ਚੀਜ਼ ਨੂੰ ਟਾਈਮ ਦੇਣਾ ਚਾਹੀਦਾ ਜੀ। ਸੋ ਚਾਹੇ ਉਹ ਗਰੀਬ ਨੇ ਚਾਹੇ ਉਹ ਅਮੀਰ ਨੇ, ਡਸਨਟ ਮੈਟਰ, ਉਹਨੂੰ ਜਸਟ ਉਹਨੂੰ ਸਪੋਰਟ ਚਾਹੀਦੀ ਆ, ਉਹਨਾਂ ਨੂੰ ਜਸਟ ਉਹਨਾਂ ਨੂੰ ਟਾਈਮ ਟੂ ਟਾਈਮ ਸਮਝਾਉਣਾ ਪੈਣਾ ਵੀ ਹਾਂ ਤੁਸੀਂ ਲਾਈਕ ਤੂੰ ਡਾਕਟਰ ਜਾਣਾ, ਇਹ ਨਾ ਸੋਚ ਵੀ ਸਾਡੇ ਕੋਲ ਪੈਸਾ ਨਹੀਂ ਹੈਗਾ, ਜੇ ਗਰੀਬ ਨੇ ਇਹ ਨਾ ਇਹ ਕਹਿਣ ਵੀ ਇਹ ਨਾ ਸੋ ਸਾਡੇ ਕੋਲ ਪੈਸਾ ਨਹੀਂ ਹੈਗਾ, ਤੂੰ ਕਰਨਾ ਚਾਹੁੰਦਾ ਨਾ ਸਾਨੂੰ ਪਤਾ ਤੂੰ ਕਰ ਲਏਗਾ, ਅਸੀਂ ਕਿੱਦਾਂ ਮਰਜ਼ੀ ਤੇਰੀ ਸਪੋਰਟ ਕਰਾਂਗੇ ਜੀ ਜੀ। ਜੇ ਅਮੀਰ ਨੇ ਉਹ ਇਹਨਾਂ ਕਹਿਣ ਸਾਡੇ ਕੋਲ ਪੈਸਾ ਹੈਗਾ ਕੋਈ ਨਾ ਤੈਨੂੰ ਪਾਸ ਕਰਾ ਦਾਂਗੇ, ਕੋਈ ਨਾ ਤੂੰ ਕਰ ਲਏਗਾ ਕਰ ਲੈਣਾ, ਨਹੀਂ ਅਸਲ ਚ ਉਹਨੂੰ ਜੋ ਚੀਜ਼ ਚਾਹੀਦੀ ਹੈ ਤੁਹਾਡਾ ਸਮੇਂ ਚਾਹੀਦਾ,
ਥੋੜੀ ਸਪੋਰਟ ਚਾਹੀਦੀ ਹੈ ਜਿਹੜੀ ਤੁਹਾਨੂੰ ਹੁਣੇ ਤੋਂ ਸ਼ੁਰੂ ਕਰਨੀ ਪੈਣੀ ਆ। ਰਾਈਟ, ਚਾਹੇ ਬੱਚਾ 5-6 ਸਾਲ ਦਾ 10 ਸਾਲ ਦਾ, ਹੁਣੇ ਸ਼ੁਰੂ ਕਰੋ, ਅੱਜ ਹੀ ਸ਼ੁਰੂ ਕਰੋ। ਅਸਲ ਦੇ ਵਿੱਚ ਤੁਸੀਂ ਤਾਂ ਐਜੂਕੇਟਡ ਹੋਵੋਗੇ। ਜੀ ਜੀ ਜੀ, ਬਿਲਕੁਲ ਠੀਕ। ਸੋ ਸ਼ਰਨਜੀਤ, ਤੁਸੀਂ ਕਿਹੜੇ ਕਿਹੜੇ ਬੈਨਰ ਲਈ ਆਪਣੇ ਪ੍ਰੋਜੈਕਟਸ ਨੂੰ ਕੰਪਲੀਟ ਕਰ ਚੁੱਕੇ ਹੋ ਤੇ ਤੁਹਾਨੂੰ ਡਿਜੀਟਲ ਪੇਂਟਿੰਗ ਜਾਂ ਪੋਸਟਰ ਜੋ ਤੁਸੀਂ ਬਣਾਉਂਦੇ ਹੋ ਉਹਨਾਂ ਦੇ ਆਰਡਰ ਤੁਹਾਨੂੰ ਕਿਹੜੇ ਕਿਹੜੇ ਕੰਟਰੀਜ਼ ਤੋਂ ਆਏ ਨੇ ਜਾਂ ਕਿੱਥੇ ਕਿੱਥੇ ਆਪਣੀਆਂ ਸੇਵਾਵਾਂ ਦੇ ਚੁੱਕੇ ਹੋ? ਹਾਲੇ ਤੱਕ ਵਾਹਿਗੁਰੂ ਦੀ ਮਿਹਰ ਨਾਲ ਸਾਰਾ ਬੜਾ ਵਧੀਆ ਰਿਹਾ ਕੰਮ ਦਾ। ਸਟਾਰਟਿੰਗ ਤੋਂ ਹੀ ਬੜਾ ਬੜੀ ਸਪੋਰਟ ਮਿਲੀ ਇੱਕ ਤਰ੍ਹਾਂ ਦਾ। ਫਸਟ ਪ੍ਰੋਜੈਕਟ ਮੈਨੂੰ ਮਿਲਿਆ ਸੀਗਾ ਜਿਹੜਾ ਮੈਂ ਐਜ਼ ਏ ਕਮਿਸ਼ਨ ਕੀਤਾ ਸੀਗਾ, ਉਹ ਦਲਜੀਤ ਭਾਜੀ ਦਾ ਸੀਗਾ, ਸਿੱਖ ਐਲਬਮ ਦਾ। ਓਕੇ, ਠੀਕ ਹੈ। ਸੋ ਹਰਨਵੀਰ ਨੇ ਮੇਰਾ ਵਰਕ ਦੇਖਿਆ ਸੀਗਾ ਤੇ ਉਹਨਾਂ ਨੂੰ ਬੜਾ ਵਧੀਆ ਲੱਗਿਆ, ਕਹਿੰਦੇ ਕਹਿੰਦੇ ਕੰਮ ਬਹੁਤ ਵਧੀਆ। ਤੇ ਉਹਨਾਂ ਨੇ ਉਸ ਟਾਈਮ ਫਿਰ ਦਲਜੀਤ ਭਾਜੀ ਨਾਲ ਗੱਲ ਕੀਤੀ ਸੀ ਵੀ ਏਦਾਂ ਏਦਾਂ ਵੀ ਉਹਨਾਂ ਨੇ ਕੰਮ ਦਿਖਾਇਆ ਤੇ ਵੀ ਏਦਾਂ ਸ਼ਰਨ ਦਾ ਕੰਮ ਆ। ਤੇ ਫਿਰ ਦਲਜੀਤ ਭਾਈ ਨੇ ਕਿਹਾ ਵੀ ਆਪਾਂ ਇਹਨਾਂ ਦਾ ਪੋਸਟਰ ਬਣਵਾ ਸਕਦੇ ਹਾਂ। ਸੋ ਉਹ ਫਿਰ ਹਰਨ ਭਾਈ ਨੇ ਮੇਰੇ ਨਾਲ ਕੰਟੈਕਟ ਕਰਵਾਇਆ ਦਲਜੀਤ ਦਾ ਤੇ ਉਹ ਪੋਸਟਰ ਐਲਬਮ ਕਵਰ ਬਣਾਇਆ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ। ਉਹਨਾਂ ਨੇ ਫਾਈਨਲੀ ਐਲਬਮ ਕਵਰ ਦਾ ਵੀ ਆਪਣਾ ਸੇਮ ਬੈਕ ਫਰੰਟ ਵਿੱਚ ਸਾਰਾ ਉਹੀ ਰੱਖਿਆ। ਸੋ ਉਹ ਇੱਕ ਸਟਾਰਟ ਸੀ ਜਸਟ, ਪਰ ਉਹ ਸਟਾਰਟ ਨੇ ਹੀ ਲਾਈਕ ਇੱਕ ਬੜਾ ਵਧੀਆ ਮੈਨੂੰ ਬੂਸਟ ਅਪ ਦਿੱਤਾ ਵੀ ਇੱਕੋ ਦਮ ਮੈਂ 6 ਮਹੀਨੇ ਕੁਛ ਵੀ ਨਹੀਂ ਕਰ ਰਿਹਾ ਸੀਗਾ ਤੇ ਇੱਕੋ ਦਮ ਇੱਕ ਇੰਨੇ ਵਧੀਆ ਲਾਈਕ ਵਰਕ ਮਿਲਿਆ ਕਰਨ ਦਾ, ਤੇ ਉਹ ਵੀ ਆਪਣੇ ਜੋ ਆਪਾਂ ਕਰਨਾ ਚਾਹੁੰਦੇ ਹਾਂ ਉਹਦੇ ਨਾਲ ਰਿਲੇਟਡ, ਕਿਉਂਕਿ ਮੈਂ ਹਮੇਸ਼ਾ ਕੁਛ ਵਧੀਆ ਇੱਕ ਸੁੱਚਾ ਜਿਹਾ ਕੰਮ ਕਰਨਾ ਚਾਹੁੰਦਾ ਸੀ ਜੋ ਹਮੇਸ਼ਾ ਇੱਕ ਵਧੀਆ ਮੈਸੇਜ ਦੇਵੇ, ਮੇਰੀ ਸੋਚ ਹਮੇਸ਼ਾ ਇਹੀ ਰਹੀ। ਸੋ ਫਿਰ ਮੈਂ ਦਲਜੀਤ ਭਾਈ ਲਈ ਕੰਮ ਕੀਤਾ, ਉਸ ਤੋਂ ਬਾਅਦ ਲਾਈਕ ਉਹਦਾ ਆਇਆ ਯੋਧਾ ਮੂਵੀ ਆਈ ਸੀਗੀ, ਉਹਦੇ ਪੋਸਟਰ ਦਾ ਵਰਕ ਕੀਤਾ ਮੈਂ, ਜੋ ਇੰਡਸਟਰੀ ਦੇ ਵਿੱਚ ਇੰਡਸਟਰੀ ਦੱਸ ਰਿਹਾ ਪੰਜਾਬੀ ਇੰਡਸਟਰੀ ਦੇ ਵਿੱਚ। ਤੂਫਾਨ ਸਿੰਘ ਦਾ ਕੰਮ ਕੀਤਾ, ਹੁਣ ਅਰਦਾਸ ਮੂਵੀ ਆਈ ਜਿਹਦਾ ਇੱਕ ਟੋਪਿਕ ਬੜਾ ਵਧੀਆ ਸੀਗਾ, ਮੈਨੂੰ ਬੜੀ ਖੁਸ਼ੀ ਹੋਈ ਉਸ ਟੀਮ ਨਾਲ। ਤੂਫਾਨ ਸਿੰਘ ਦਾ ਵੀ ਟੋਪਿਕ ਬੜਾ ਵਧੀਆ। ਸੋ ਮੈਂ ਇਦਾਂ ਦੇ ਟੋਪਿਕ ਤੁਸੀਂ ਉਹਨਾਂ ਵਿੱਚ ਕੀ ਡਿਜ਼ਾਈਨ ਕੀਤਾ ਸਾਡੇ? ਮੈਂ ਉਹਨਾਂ ਦੇ ਐਲਬਮ ਕਿਹੜੇ ਕਵਰਸ ਨੇ ਤੇ ਮੂਵੀ ਪੋਸਟਰ ਨੇ ਜਿਹੜਾ ਤੁਸੀਂ ਅਰਦਾਸ ਦਾ ਦੇਖਿਆ, ਉਹ ਚ ਕਾਫੀ ਮਲਟੀ ਕਰੈਕਟਰ। ਸੋ ਤੂਫਾਨ ਸਿੰਘ ਦਾ ਜਿਹੜਾ ਅੱਜ ਕੱਲ ਵਾਇਰਲ ਹੋ ਰਿਹਾ ਉਹ ਸਾਈਡ ਪੋਜ਼ ਆ ਰਿਹਾ, ਉਹ ਵੀ ਤੁਹਾਡਾ ਬਣਾਇਆ? ਹਾਂਜੀ, ਉਹ ਮੇਰਾ ਹੀ ਬਣਾਇਆ ਹੋਇਆ ਜੀ। ਐਕਚੁਅਲੀ ਇਹਦੇ ਜੀ 8-10 ਪੋਸਟਰਸ ਦਾ ਪ੍ਰੋਜੈਕਟ ਹੈਗਾ, ਉਹ ਕੰਪਲੀਟ ਸਾਰਾ ਮੇਰੇ ਕੋਲੇ ਆ, ਸਾਰਾ ਪਬਲਿਸਿਟੀ ਦਾ ਡਿਜ਼ਾਈਨ। ਓਕੇ ਓਕੇ। ਸੋ ਇਹ ਸਭ ਚੀਜ਼ਾਂ ਨਾਲ ਹੋਰ ਵੀ ਵਿੱਚ ਕਈ ਇਦਾਂ ਦੇ ਪ੍ਰੋਜੈਕਟ ਆਏ ਜਿਹੜੇ ਮੈਂ ਕੀਤੇ ਨੇ ਵੀ ਕਿਸੇ ਦੇ ਇੱਕ ਤਾਂ ਬੁੱਕ ਦਾ ਕਵਰ ਬਣਾਏ ਸੀਗੇ ਜੀ, ਆਰਟਿਸਟ ਸੀਗੇ ਤੇ ਕੁਛ ਫੋਰਨ ਦੇ ਆਰਟਿਸਟ ਨੇ ਜਿਨ੍ਹਾਂ ਦਾ ਵਰਕ ਚੱਲਦਾ। ਮੈਨੂੰ ਸ਼ੌਂਕ ਹੁੰਦਾ ਵੀ ਕੋਈ ਮੈਸੇਜ ਦੇਣ ਵਾਲੀ ਗੱਲ ਹੋਵੇ, ਖੁਦ ਆਪਣੀ ਪਰਸਨਲ ਪੇਂਟਿੰਗਸ ਕਰਦਾ ਜਿਹੜੀਆਂ ਵਰਲਡ ਵਾਈਡ ਸੇਲ ਹੁੰਦੀਆਂ ਨੇ, ਤੇ USA UK ਦੇ ਕਈ ਪਰਸਨ ਆਉਂਦੇ ਜਿਨ੍ਹਾਂ ਨੂੰ ਵਰਕ ਪਸੰਦ ਹੁੰਦਾ ਤੇ ਉਹ ਮੇਰੇ ਤੋਂ ਪ੍ਰਿੰਟਸ ਬਾਏ ਕਰਦੇ ਨੇ। ਹਾਂਜੀ, ਠੀਕ ਹੈ। ਸੋ ਮੈਂ ਬੜੇ ਲਿਮਿਟਿਡ ਜੇ ਆਰਟ ਵਰਕ ਸੇਲ ਕਰਦਾ, ਮਤਲਬ ਇੱਦਾਂ ਨਹੀਂ ਹੈਗਾ ਮਤਲਬ ਮੈਂ ਇੱਕ ਪੇਂਟਿੰਗ ਬਣਾਉਣਾ ਤੇ ਮੈਂ ਉਹਨੂੰ ਕਹਿਣਾ ਵੀ ਸਿਰਫ ਉਹਦੇ 10 ਪ੍ਰਿੰਟਸ ਹੀ ਸੇਲ ਕਰੂੰਗਾ, ਮੈਂ ਜ਼ਿਆਦਾ ਨਹੀਂ ਕਰੂੰਗਾ। ਠੀਕ ਹੈ। ਤੇ ਉਹਨਾਂ ਨੂੰ ਜਿਹਨਾਂ ਜਿਹੜੇ ਉਹਨੂੰ ਬਾਏ ਕਰਨਗੇ ਉਹਨਾਂ ਨੂੰ ਮੈਂ ਸਪੈਸ਼ਲੀ ਇੱਕ ਸਰਟੀਫਿਕੇਟ ਦਿੰਦਾ ਵੀ ਇਹ ਤੁਹਾਡੇ ਕੋਲ ਇੱਕ ਪ੍ਰਿੰਟ ਜਾ ਰਿਹਾ। ਅੱਛਾ ਜੀ, ਇਹਦੇ ਨਾਲ ਦਾ ਸਿਰਫ ਇਹਦੇ ਨਾਲ ਦੇ 9 ਪ੍ਰਿੰਟ ਨੇ ਉਹ ਆਹ ਬੰਦਿਆਂ ਕੋਲ ਨੇ। ਠੀਕ ਹੈ। ਤੇ ਇਸ ਤੋਂ ਇਲਾਵਾ ਇਸ ਤੋਂ ਬਾਅਦ ਇਹ ਵਿਕਣਗੇ ਨਹੀਂ। ਓਕੇ। ਵੀ ਸਿਰਫ ਤੁਹਾਡੇ ਕੋਲ ਹੀ ਨੇ। ਠੀਕ ਹੈ। ਸੋ ਮੈਨੂੰ ਇਹ ਹੁੰਦਾ ਵੀ ਚੀਜ਼ ਵਧੀਆ ਜਾਵੇ ਤੇ ਕਿਸੇ ਕੋਲ ਜਾਵੇ ਤੇ ਉਹਨੂੰ ਵੀ ਖੁਸ਼ੀ ਹੋਵੇ ਮੇਰੇ ਕੋਲ ਇਹ ਚੀਜ਼ ਹੈਗੀ। ਠੀਕ ਹੈ। ਸੋ ਹਾਲੇ ਤੱਕ ਤਾਂ ਸਾਰਾ ਕੁਝ ਵਧੀਆ ਚੱਲ ਰਿਹਾ, ਫਿਰ ਕਨਸੈਪਟ ਆਰਟ ਦਾ ਮੈਂ ਵਰਕ ਨਾਲ ਨਾਲ ਕਰਦਾ ਵੀ ਕੁਛ ਆਪਣੇ ਪੇਂਟਿੰਗ ਦੇ ਥਰੂ ਮੈਸੇਜ ਦਿਖਾ ਸਕਾਂ, ਹਿਸਟਰੀ ਨੂੰ ਦਿਖਾ ਸਕਾਂ ਮੇਰੀ ਹਿਸਟਰੀ ਨਾਲ ਪੇਂਟਿੰਗ, ਮੇਰੀ 4 ਸਾਹਿਬਜ਼ਾਦਿਆਂ ਦੀ ਪੇਂਟਿੰਗ ਆ ਤੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਆ, ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਪੇਂਟਿੰਗ ਆ, ਬੰਦਾ ਸਿੰਘ ਬਹਾਦਰ ਜੀ ਦੀ ਕਈ ਪੇਂਟਿੰਗ ਇੱਦਾਂ ਦੀਆਂ, ਗੁਰੂ ਹਰਕ੍ਰਿਸ਼ਨ ਜੀ ਦੀ ਪੇਂਟਿੰਗ ਆ ਜਿਹੜੀ ਹੁਣੇ ਬੜੇ ਰੀਸੈਂਟ ਬੜੇ ਲੋਕਾਂ ਨੇ ਪਸੰਦ ਕੀਤੀ। ਸੋ ਹਿਸਟਰੀ ਨਾਲ ਮੈਂ ਹਮੇਸ਼ਾ ਹੀ ਜੁੜਿਆ ਰਿਹਾ ਵੀ, ਕਿਉਂਕਿ ਉਹਨਾਂ ਨੇ ਬਹੁਤ ਕੁਛ ਦਿੱਤਾ ਆਪਾਂ ਨੂੰ ਤੇ ਹੁਣ ਟਾਈਮ ਆ ਰੀਪੇ ਕਰਨ ਦਾ ਕਿਸੇ ਨਾ ਕਿਸੇ ਤਰੀਕੇ ਨਾਲ। ਛੋਟਾ ਜਿਹਾ ਹੀ ਹੈ, ਹੈ ਤਾਂ ਸਟੈਪ ਕੁਛ ਵੀ ਨਹੀਂ ਹੈਗਾ ਜੋ ਉਹਨਾਂ ਨੇ ਕੀਤਾ ਉਹਦੇ ਬਦਲੇ, ਪਰ ਕਹਿਣਾ ਮਤਲਬ ਫਿਰ ਵੀ ਕਿਤੇ ਨਾ ਕਿਤੇ ਲਾਈਕ ਉਹੀ ਚੀਜ਼ ਲੋਕਾਂ ਨੂੰ ਇੱਕ ਵਧੀਆ ਸੁਨੇਹਾ ਦੇ ਜਾਂਦੀ ਆ ਜਾਂ ਜੋੜਦੀ ਆ। ਸਹੀ ਗੱਲ ਹੈ, ਇਹ ਬਿਲਕੁਲ ਤੁਸੀਂ ਗੱਲ ਤੁਹਾਡੀ ਗੱਲ ਵਿੱਚ ਕੱਟ ਰਹੇ ਆ, ਜੋ ਤੁਸੀਂ ਡਿਜੀਟਲੀ ਕ੍ਰੀਏਟ ਕਰਦੇ ਹੋ ਤੇ ਖਾਸ ਕਰ ਜੋ ਇੱਕ ਕਲਾ ਨੂੰ ਪਿਆਰ ਕਰਨ ਵਾਲਾ ਬੰਦਾ ਜਾਂ ਕਲਾ ਤੋਂ ਹਟ ਕੇ ਕਾਮ ਬੰਦਾ ਵੀ ਆ, ਉਹ ਚੀਜ਼ ਦੇਖ ਕੇ ਇੱਕ ਵਾਰੀ ਅਟਰੈਕਟ ਤੇ ਜੁੜਦਾ ਜ਼ਰੂਰ ਆ। ਜੁੜਦਾ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ, ਕਿਉਂਕਿ ਉਹ ਫਿਰ ਉਦਾਂ ਦੀ ਬਣਨ ਦੀ ਕੋਸ਼ਿਸ਼ ਕਰਦਾ। ਬਿਲਕੁਲ, ਕਿਤੇ ਮੈਂ ਵੀ ਇੱਦਾਂ ਦੀ ਮੇਰੀ ਬਿਊਟੀ ਹੋ ਜਾਵੇ, ਬਿਲਕੁਲ ਕਿ ਮੇਰਾ ਵੀ ਚਿਹਰਾ ਇੱਦਾਂ ਦਾ ਹੋ ਜਾਵੇ, ਮੇਰੇ ਵੀ ਇੱਦਾਂ ਦਾ ਨੂਰ ਆ ਜਾਵੇ, ਕਿਤੇ ਨਾ ਕਿਤੇ ਉਹ ਚੀਜ਼ਾਂ ਅਟਰੈਕਟ ਕਰਦੀਆਂ ਨੇ। ਸੋ ਮੈਨੂੰ ਇਹੀ ਆ ਵੀ ਉਹ ਲੋਕੀ ਉਹਦੇ ਨਾਲ ਜੁੜਨ ਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਲੱਭਣ ਉਹਦੇ ਚ। ਬਿਲਕੁਲ, ਕਿਤੇ ਕਿਤੇ ਆਪਣੇ ਕਿਤੇ ਕੋਈ ਸੋਚ ਕਿਤੇ ਦਿਲ ਨੂੰ ਕਿਸੇ ਦੀ ਗੱਲ ਲੱਗ ਜਾਵੇ, ਲੱਗ ਵੀ ਜਾਂਦੀ ਆ। ਬਹੁਤ ਦੇ ਮੈਸੇਜ ਆਉਂਦੇ ਨੇ ਵੀ ਮੈਂ ਉਹ ਪੇਂਟਿੰਗ ਦੇਖੀ ਤੇ ਮੇਰਾ ਨਾ ਮੇਰੀ ਰੂਹ ਭਰ ਆਈ, ਮੈਨੂੰ ਲੱਗਿਆ ਵੀ ਮੈਂ ਕੀ ਕਰ ਰਿਹਾ, ਵੀ ਮੈਂ ਇੱਦਾਂ ਦਾ ਕਿਉਂ ਨਹੀਂ ਹੋ ਸਕਦਾ, ਜਾਂ ਮੈਂ ਇੱਦਾਂ ਲਾਈਕ ਇੱਦਾਂ ਦਾ ਜੋ ਇਹਨਾਂ ਨੇ ਚੰਗੇ ਕੰਮ ਕੀਤੇ ਵੀ ਮੈਂ ਵੀ ਕਰਾਂ ਉਦਾਂ ਦੀਆਂ ਚੀਜ਼ਾਂ। ਸੋ
ਇਹ ਆਰਟ ਆ ਜਿਹੜੀ ਪਤਾ ਕੀ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਨੇ ਜਾਂ ਕੁਛ ਏਦਾਂ ਦੀਆਂ ਗੱਲਾਂ ਜਿਹੜੀ ਸਿਰਫ ਮਾਊਥ ਟੂ ਮਾਊਥ ਹੁੰਦੀਆਂ ਨੇ, ਬੰਦੇ ਦੇ ਗੱਲ ਤੋਂ ਗੱਲ ਹੁੰਦੀ ਆ, ਪਰ ਕੁਛ ਏਦਾਂ ਦੀ ਚੀਜ਼ ਆਰਟ ਜਿਹੜੀ ਚੀਜ਼ ਹੈ ਨਾ ਉਹ ਬੰਦੇ ਦੇ ਸਰੀਰ ਨੂੰ ਟੱਚ ਨਹੀਂ ਕਰਦੀ, ਆਰਟ ਹੁੰਦੀ ਹੈ ਜਿਹੜੀ ਕੋਈ ਵੀ ਆਰਟ ਹੋਵੇ ਉਸ ਦਾ ਰੂਹ ਨੂੰ ਟੱਚ ਕਰਦੀ, ਤੇ ਸਭ ਤੋਂ ਵਧੀਆ ਮੀਡੀਅਮ ਇਹ ਕਿਸੇ ਨੂੰ ਕਿਸੇ ਚੀਜ਼ ਨਾਲ ਕਨੈਕਟ ਕਰਨ ਦੇ। ਜੇ ਤੁਸੀਂ ਕੁਛ ਵੀ ਬਣਾਉਂਦੇ ਹੋ ਆਰਟ ਏਦਾਂ ਦੀ ਚੀਜ਼ ਆ ਉਹ ਉਸ ਚੀਜ਼ ਨਾਲ ਕਨੈਕਟ ਹੋ ਜਾਣਗੇ, ਚਾਹੇ ਉਹ ਪੇਂਟਿੰਗ ਆ, ਚਾਹੇ ਮੂਵੀ ਮੇਕਿੰਗ ਆ, ਚਾਹੇ ਸਿੰਗਿੰਗ ਆ, ਚਾਹੇ ਰਾਈਟਿੰਗ ਆ, ਐਨੀਥਿੰਗ ਜੋ ਵੀ ਆਰਟ ਹੈਗਾ ਉਹ ਰੂਹ ਨਾਲ ਕਨੈਕਟ ਹੁੰਦਾ, ਰੂਹ ਦਾ ਕਨੈਕਸ਼ਨ ਹੁੰਦਾ। ਸੋ ਮੈਂ ਇਸ ਚੀਜ਼ ਦੇ ਵਿੱਚ ਬੜਾ ਬਿਲੀਵ ਕਰਦਾ ਤੇ ਮੈਨੂੰ ਲੱਗਦਾ ਵੀ ਲੋਕੀ ਇਹਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ ਤੇ ਇਹਦੇ ਨਾਲ ਇੱਕ ਵਧੀਆ ਉਹਨਾਂ ਨੂੰ ਰਾਹ ਮੈਨੂੰ ਵੀ ਰਾਹ ਵਧੀਆ ਦੇਖਣ ਨੂੰ ਮਿਲਦਾ। ਮੈਂ ਸੁੱਚਾ ਬਣਾਊਂਗਾ, ਸੁੱਚਾ ਸੋਚੂਗਾ ਤੇ ਆਪਣੇ ਆਪ ਉਹਨਾਂ ਨੂੰ ਵੀ ਉਹ ਲਾਈਕ ਉਦਾਂ ਦਾ ਇੱਕ ਵੇ ਮਿਲੂਗਾ। ਸੋ ਪੇਂਟਿੰਗ ਦੇ ਨਾਲ ਨਾਲ ਮੇਰੇ ਮਾਇੰਡ ਦੇ ਚੱਲਦਾ ਰਹਿੰਦਾ ਹੁੰਦਾ ਸੀ ਵੀ ਮੈਂ ਕੁਛ ਵੀ ਜੇ ਇੱਕ ਪੇਂਟਿੰਗ ਦੇ ਵਿੱਚ ਇੱਕ ਸਟੋਰੀ ਹੁੰਦੀ ਆ, ਮੈਨੂੰ ਲੱਗਦਾ ਵੀ ਜੇ ਇਹ ਸਟੋਰੀ ਤਾਂ ਮੈਂ ਬਣਾ ਹੀ ਰਿਹਾ ਵੀ ਜੇ ਕਿਹੜੀ ਇਹਦੀ ਸਟੋਰੀ ਪਿੱਛੇ ਚੱਲ ਰਹੀ ਹੈ, ਪੇਂਟਿੰਗ ਦੇ ਵਿੱਚ ਇੱਕ ਸਟੋਰੀ ਚੱਲ ਰਹੀ, ਜੇ ਉਹਨੂੰ ਮੈਂ ਸ਼ੂਟ ਵੀ ਕਰਾਂ, ਮੇਰੇ ਉੱਧਰ ਨੂੰ ਮਨ ਜਾਣ ਲੱਗ ਗਿਆ ਹੌਲੀ 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 ਹੌਲੀ, ਕਿਉਂਕਿ ਮੇਰੀ ਸਟੱਡੀ ਸੀਗੀ ਐਨੀਮੇਸ਼ਨ ਦੀ, ਉਹ 'ਚ ਡਾਇਰੈਕਸ਼ਨ ਵੀ ਸਿਖਾਈ ਜਾਂਦੀ ਆ। ਸੋ ਫਿਰ ਮੈਂ ਉੱਧਰ ਨੂੰ ਚਲਿਆ ਗਿਆ, ਮੈਂ ਕੁਛ ਸੌਂਗਸ ਡਾਇਰੈਕਟ ਕੀਤੇ, ਉਸ ਤੋਂ ਬਾਅਦ ਮੈਂ ਸ਼ਾਰਟ ਮੂਵੀ ਵੀ ਬਣਾਈ ਤੇ ਸੌਂਗ ਵੀ ਵੀਡੀਓ ਸੌਂਗ ਸੀਗੇ ਉਹ ਕੀਤੇ ਵੀ, ਉਹ ਵੀ ਇੱਦਾਂ ਦੀ ਮੈਸੇਜ ਵਾਲੇ ਸੀਗੇ। ਫਿਰ ਮੈਨੂੰ ਲੱਗਿਆ ਵੀ ਹਾਂ ਹੁਣ ਮੈਂ ਇੱਕ ਬੇਸਿਕ ਲਰਨ ਕਰ ਚੁੱਕਿਆ ਇਹਦੇ ਵਿੱਚ, ਵੀ ਮੈਂ ਸਾਲ ਕੁ ਟਾਈਮ ਕੱਢਿਆ ਉਹਦੇ ਵਿੱਚ ਲਰਨ ਕੀਤਾ ਸਭ ਕੁਛ ਪ੍ਰੋਜੈਕਟ ਕਰ ਕਰਕੇ, ਫਿਰ ਹੁਣ ਮੈਂ ਇੱਕ ਮੂਵੀ ਦੇ ਪ੍ਰੋਜੈਕਟ ਦੇ ਉੱਤੇ ਆਇਆ। ਸੋ ਹੁਣ ਪ੍ਰੈਜੈਂਟ ਟਾਈਮ ਇੱਕ ਮੂਵੀ ਦਾ ਪ੍ਰੋਜੈਕਟ ਚੱਲ ਰਿਹਾ, ਬੋਤਾ ਸਿੰਘ ਗਰਜਾ ਸਿੰਘ ਫੀਚਰ ਮੂਵੀ ਆ। ਸੋ ਉਹ ਫਸਟ ਟਾਈਮ ਪੰਜਾਬੀ ਇੰਡਸਟਰੀ ਵਿੱਚ ਇੱਦਾਂ ਦਾ ਵਰਕ ਹੋ ਰਿਹਾ, ਵੀ ਐਫ ਐਕਸ ਦਾ ਵਰਕ, ਹਾਲੀਵੁੱਡ ਸਟਾਈਲ ਮੂਵੀ ਦਾ ਵਰਕ ਹੋ ਰਿਹਾ। ਸੋ ਉਮੀਦ ਆ ਜਿੱਦਾਂ ਉਹਨਾਂ ਨੇ ਪੇਂਟਿੰਗਸ ਪਸੰਦ ਕੀਤੀਆਂ, ਉਹ ਸੋਚ ਪਸੰਦ ਕੀਤੀ ਉਹਦੇ ਵਿੱਚ, ਵੀ ਇਹ ਵੀ ਲੋਕਾਂ ਨੂੰ ਉਸ ਸਮੇਂ ਨਾਲ ਜੋੜੂਗੀ ਤੇ ਇੱਕ ਚੰਗਾ ਸੁਨੇਹਾ ਦਊਗੀ ਤੇ ਲੋਕੀ ਉਹ ਤੋਂ ਕੁਛ ਸਿੱਖਣਗੇ ਜਿੱਦਾਂ ਮੈਂ ਸਿੱਖਿਆ ਬਣਾਉਂਦੇ ਬਣਾਉਂਦੇ। ਇੱਕ ਚੰਗੀ ਉਮੀਦ ਕਰਦੇ ਹਾਂ। ਸੋ ਇੱਥੇ ਇਹਨਾਂ ਨੇ ਮੂਵੀ ਦਾ ਜ਼ਿਕਰ ਕੀਤਾ, ਬੋਤਾ ਸਿੰਘ ਗਰਜਾ ਸਿੰਘ, ਇਹ ਇੱਕ ਵਿਦਿਆਰਥੀਆਂ ਨੂੰ ਦੱਸਣਾ ਚਾਹੁੰਦਾ, ਇੱਕ ਪੰਜਾਬੀ ਮੂਵੀ ਉੱਪਰ ਕੰਮ ਕਰ ਰਹੇ ਨੇ, ਆਲਮੋਸਟ ਨੇੜੇ ਹੀ ਆ, ਖਤਮ ਹੋਣ ਜਾ ਰਿਹਾ, ਹਾਂਜੀ ਬਿਲਕੁਲ, ਤੇ ਇੱਕ ਹਾਲੀਵੁੱਡ ਸਟਾਈਲ ਦੀ ਇਹ ਮੂਵੀ ਬਣਾਉਣ ਜਾ ਰਹੇ ਨੇ ਤੇ ਜਿਹਦੇ ਵਿੱਚ ਐਕਸ਼ਨ ਐਂਡ ਆਲ ਅਦਰ ਐਸਪੈਕਟ ਕਾਫੀ ਹਿਸਟੋਰੀਕਲ 1740 ਟਾਈਮ ਦੀ ਸਟੋਰੀ ਹੈ। ਸੋ ਬੜਾ ਕੁਝ ਪੁਰਾਣੇ ਟਾਈਮ ਦਾ ਦੇਖਣ ਨੂੰ ਮਿਲਣਾ, ਔਰ ਇਹਨਾਂ ਦਾ ਇੱਕ ਨਵਾਂ ਪ੍ਰੋਜੈਕਟ ਆ ਜਿੱਤੇ ਇਹਨਾਂ ਨੇ ਕਾਫੀ ਮਿਹਨਤ ਕੀਤੀ ਆ ਤੇ ਅਸੀਂ ਸਾਰੇ ਵਾਹਿਗੁਰੂ ਨੂੰ ਅਰਦਾਸ ਵੀ ਕਰਦੇ ਹਾਂ ਕਿ ਤੁਹਾਡੀ ਮੂਵੀ ਕਾਮਯਾਬ ਹੋਵੇ ਤੇ ਉਹ ਇੱਕ ਨਾਮ ਬਣਾਵੇ ਜਿਸ ਚੀਜ਼ ਦੀ ਤੁਸੀਂ ਉਮੀਦ ਵੀ ਕਰਦੇ ਹੋ ਤੇ ਉਹਦੇ ਉੱਪਰ ਮਿਹਨਤ ਵੀ ਉਸ ਤਰੀਕੇ ਨਾਲ ਕਰ ਰਹੇ ਹੋ। ਹਾਂਜੀ ਬਿਲਕੁਲ, ਤੋ ਅਸੀਂ ਸਾਰੇ ਉਹਦੀ ਜ਼ਰੂਰ ਵੇਟ ਕਰਾਂਗੇ। ਹਾਂਜੀ, ਸ਼ਰਨ ਜੀ ਤੁਸੀਂ ਆਪਣੀ ਇੰਟਰਵਿਊ ਦੇ ਦੌਰਾਨ ਜ਼ਿਕਰ ਕੀਤਾ ਕਿ ਆਰਟ ਦੀ ਫੀਲਡ ਦੇ ਵਿੱਚ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਗਾਈਡੈਂਸ ਦੀ ਘਾਟ ਰਹਿੰਦੀ ਆ, ਜਿਹਦੇ ਕਰਕੇ ਸ਼ਾਇਦ ਕਈ ਵਿਦਿਆਰਥੀ ਇਸ ਪਾਸੇ ਵੱਲ ਵਧਣ ਦਾ ਹਿੰਮਤ ਵੀ ਨਹੀਂ ਕਰ ਪਾਉਂਦੇ, ਤੇ ਇਹਦੇ ਨਾਲ ਹੀ ਮੇਰਾ ਸਵਾਲ ਤੁਹਾਨੂੰ ਇਹ ਆ ਵੀ ਤੁਸੀਂ ਇਸ ਪਾਸੇ ਨੂੰ ਅਵੇਅਰਨੈਸ ਕ੍ਰੀਏਟ ਕਰਨ ਲਈ, ਬੱਚਿਆਂ ਨੂੰ ਗਾਈਡ ਕਰਨ ਲਈ ਕੋਈ ਤੁਹਾਡੇ ਦਿਮਾਗ ਦੇ ਵਿੱਚ ਕੋਈ ਪਲੈਨਿੰਗ, ਕੋਈ ਯੋਜਨਾ ਹੈ, ਤੇ ਨਾਲ ਦੀ ਨਾਲ ਇਹ ਵੀ ਦੱਸੋ ਕਿ ਫਿਊਚਰ ਕੋਈ ਪ੍ਰੋਜੈਕਟ ਤੁਸੀਂ ਕੋਈ ਸੋਚ ਰਹੇ ਹੋ ਅਪਾਰਟ ਫਰੋਮ ਦਿਸ ਗਾਈਡੈਂਸ, ਕੁਛ ਹੋਰ ਵੀ ਤੁਹਾਡੇ ਪ੍ਰੋਜੈਕਟ ਹੈਗੇ ਨੇ? ਹਾਂਜੀ ਬਿਲਕੁਲ, ਲਾਈਕ ਕੁਛ ਸੋਚ ਕੇ ਚੱਲ ਰਹੇ ਹਾਂ ਵੀ ਕਿਤੇ ਦੇਖ ਰਹੇ ਹਾਂ ਵੀ ਜਿੱਦਾਂ ਲੱਗ ਰਿਹਾ ਵੀ ਜੋ ਪ੍ਰੋਬਲਮ ਅਸੀਂ ਫੇਸ ਕੀਤੀਆਂ ਨੇ ਵੀ ਇਸ ਲਾਈਨ ਦੇ ਵਿੱਚ ਆਉਣ ਦੇ ਲਈ ਵੀ ਘਾਟ ਹੈਗੀ ਆ ਕਿਤੇ ਨਾ ਕਿਤੇ ਵੀ ਕਮੀ ਤਾਂ ਹੈ। ਸੋ ਇਹੀ ਸੋਚਦੇ ਹਾਂ ਵੀ ਜੇ ਉਹ ਕਮੀ ਨੂੰ ਦੂਰ ਕਰਨਾ ਦੈਨ ਲਾਈਕ ਅਸੀਂ ਇੱਥੇ ਬੈਠ ਕੇ ਉਹ ਕਮੀ ਨੂੰ ਦੂਰ ਨਹੀਂ ਕਰ ਸਕਦੇ, ਕਿਵੇਂ ਕਹੀਏ ਨਾ ਵੀ ਜੇ ਜਿਸ ਲੈਵਲ 'ਤੇ ਹੋਣਾ ਉਹਦੇ ਲਈ ਖੁਦ ਨੂੰ ਇੱਕ ਬੜਾ ਸਟੈਂਡ ਕਰਨਾ ਪਊਗਾ, ਕਿਤੇ ਲੈ ਕੇ ਜਾਣਾ ਪਊਗਾ ਵੀ ਜਿੱਥੇ ਤੁਹਾਡੀ ਸਾਰੇ ਗੱਲ ਸੁਣ ਸਕਣ ਜੀ, ਵੀ ਉਸ ਉਸ ਲੈਵਲ ਤੱਕ ਲੈ ਕੇ ਜਾਣਾ ਪਊਗਾ। ਸੋ ਜੇ ਓਵਰਆਲ ਤੁਸੀਂ ਕੋਈ ਲਾਈਕ ਸਮਝਾਉਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹੋ ਦੈਨ ਮੈਂ ਪਹਿਲਾਂ ਆਪਣੇ ਆਪ ਨੂੰ ਇੱਕ
ਸਹੀ ਜਗ੍ਹਾ ਤੇ ਮਿਹਨਤ ਕਰਕੇ ਲਰਨਿੰਗ ਕਰਕੇ ਇੱਕ ਪੱਧਰ ਤੇ ਲੈ ਕੇ ਜਾਣਾ ਚਾਹੁੰਦਾ, ਹੋਰ ਵੱਡੇ ਮੁਕਾਮ ਤੇ, ਹਾਂ ਮੁਕਾਮ ਤੇ ਲੈ ਕੇ ਜਾਊਂਗਾ, ਜਿੱਥੇ ਜਾ ਕੇ ਵੀ ਫਿਰ ਮੈਂ ਲਾਈਕ ਖੁਦ ਐਜ਼ ਅ ਟੀਚਰ ਵੀ ਵਰਕ ਕਰਨਾ ਪਸੰਦ ਕਰੂੰਗਾ, ਜਿੱਥੇ ਮੈਂ ਕਹਾਂ ਵੀ ਹਾਂ ਵੀ ਕੋਈ ਵੀ ਕਿਸੇ ਨੂੰ ਵੀ ਮੈਂ ਆਰਟ ਬਾਰੇ ਸਿਖਾ ਸਕਾਂ, ਉਹ ਵੀ ਕੋਈ ਕੋਸਟ ਨਾ ਹੋਵੇ, ਵੀ ਮੈਂ ਪਹਿਲਾਂ ਹੀ ਆਪਣਾ ਕੁਛ ਇੰਨਾ ਆਪਣੇ ਕੋਲ ਜੋੜ ਲਾਂ ਵੀ ਮੈਨੂੰ ਕਿਸੇ ਤੋਂ ਕਿਸੇ ਨੂੰ ਸਿਖਾਉਣ ਲਈ ਕਿਸੇ ਤੋਂ ਪੈਸੇ ਨਾ ਲੈਣੇ ਪੈਣ, ਜਿਹਦਾ ਮਨ ਹੋਵੇ ਕੋਈ ਕਰਨਾ ਚਾਹੁੰਦਾ ਦੈਨ ਪਲੀਜ਼ ਆਓ ਤੇ ਮੈਂ ਜਸ ਸਿਖਾਉਣਾ ਚਾਹੁੰਦਾ ਤੇ ਉਹ ਚੀਜ਼ ਵਧੇ ਪੰਜਾਬ ਦੇ ਵਿੱਚ, ਲਾਈਕ ਜੋ ਜੋ ਆਪਾਂ ਪ੍ਰੋਬਲਮ ਫੇਸ ਕਰਦੇ ਹਾਂ, ਲਾਈਕ ਚਾਹੇ ਉਹ ਕਿਸੇ ਵੀ ਚੀਜ਼ ਦੀ ਆ, ਚਾਹੇ ਬੇਰੁਜ਼ਗਾਰੀ ਆ, ਨਸ਼ਿਆਂ ਦੀ ਆ, ਜਾਂ ਕਿਸੇ ਵੀ ਚੀਜ਼ ਦੀ ਪ੍ਰੋਬਲਮ ਆ, ਜਾਂ ਯੂਥ ਕਿਉਂ ਇੱਧਰ ਉੱਧਰ ਹੋ ਰਿਹਾ, ਉਹ ਮੇਨਲੀ ਇੱਕ ਚੀਜ਼ ਹੁੰਦੀ ਆ ਨਸ਼ਾ ਹੀ ਹੁੰਦੀ ਆ, ਕੋਈ ਵੀ ਚੀਜ਼ ਹੁੰਦੀ ਆ, ਵੀ ਕਿਸੇ ਵਿਹਲੇ ਰਹਿਣ ਦਾ ਨਸ਼ਾ ਲੱਗ ਜਾਵੇ, ਕਿਸੇ ਕਿਸੇ ਚੀਜ਼ ਦਾ ਨਸ਼ਾ ਲੱਗ ਜਾਵੇ, ਜਾਂ ਲਾਈਕ ਆਲਸ ਦਾ ਲੱਗ ਜਾਵੇ, ਕੰਮ ਦਾ ਲੱਗ ਜਾਵੇ, ਜਾਂ ਕੰਮ ਦਾ ਲੱਗ ਜਾਵੇ, ਸਭ ਤੋਂ ਵੱਡਾ ਸਭ ਤੋਂ ਸਹੀ ਨਸ਼ਾ ਹੁੰਦਾ ਤਰੱਕੀ ਦਾ ਨਸ਼ਾ, ਤਰੱਕੀ ਦਾ ਨਸ਼ਾ, ਜੇ ਇੱਕ ਵਾਰੀ ਉਹਦਾ ਵੇ ਮਿਲ ਗਿਆ ਪੰਜਾਬ ਦੇ ਯੂਥ ਨੂੰ, ਇੰਨਾ ਜ਼ਿਆਦਾ ਪੈਸ਼ਨ ਆ, ਇੰਨੀ ਜ਼ਿਆਦਾ ਲਾਈਕ ਹੌਸਲਾ, ਇੰਨੇ ਜ਼ਿਆਦਾ ਹਾਰਡ ਵਰਕਿੰਗ ਨੇ ਨਾ, ਮੈਨੂੰ ਨਹੀਂ ਲੱਗਦਾ ਕਿਤੇ ਮਿਲਣਗੇ। ਇਹ ਮੈਂ ਤੁਹਾਡੀ ਗੱਲ ਸ਼ਾਇਦ ਵਿੱਚ ਰੋਕੂੰਗਾ ਤੇ ਮੈਂ ਤੁਹਾਡੇ ਨਾਲ ਸਟਰੋਂਗਲੀ ਐਗਰੀ ਕਰ ਰਿਹਾ। ਇਸ ਇਹਨਾਂ ਇੰਟਰਵਿਊਆਂ ਦੇ ਦੌਰਾਨ ਜਦੋਂ ਕਿ ਮੈਂ ਵੱਖ ਵੱਖ ਸ਼ਖਸੀਅਤਾਂ ਨੂੰ ਮਿਲ ਰਿਹਾ ਤੇ ਮੈਂ ਆਪ ਇਹੀ ਗੱਲ ਓਬਜ਼ਰਵ ਕਰ ਰਿਹਾ ਕਿ ਕੰਮ ਦੇ ਵਿੱਚ ਜੇ ਲੱਗ ਜਾਣ ਤੇ ਇਹਨਾਂ ਵਰਗਾ ਹੋਰ ਕੋਈ ਨਹੀਂ, ਹੋਰ ਕੋਈ ਇੰਨਾ ਜ਼ਿਆਦਾ ਟੈਲੈਂਟ ਭਰਿਆ ਪਿਆ, ਟੈਲੈਂਟ ਭਰਿਆ, ਗੱਲ ਸਿਰਫ ਮੌਕੇ ਦੀ ਆ, ਮੌਕੇ ਦੀ ਆ, ਉਹ ਮੌਕੇ ਤਾਂ ਹੀ ਬਣਨਗੇ ਜਦੋਂ ਉਹਨਾਂ ਨੂੰ ਸਹੀ ਤਰੀਕੇ ਨਾਲ ਐਜੂਕੇਸ਼ਨ ਮਿਲੂਗੀ, ਐਜੂਕੇਸ਼ਨ ਤੋਂ ਬਾਅਦ ਉਹ ਐਜੂਕੇਸ਼ਨ ਨੂੰ ਯੂਜ਼ ਕਰਨ ਵਾਲਾ ਕੋਈ ਹੋਊਗਾ। ਜੀ 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 ਜੀ, ਬਟ ਚੀਜ਼ ਉਹੀ ਆ ਵੀ ਉਹਨਾਂ ਨੂੰ ਬਸ ਜਸਟ ਹੌਸਲਾ ਦੇਣ ਦੀ ਲੋੜ ਆ, ਉਹਨਾਂ ਨੂੰ ਬਾਕੀ ਗਲਤ ਮਲਤ ਰਾਹਾਂ ਤੋਂ ਤੋੜ ਕੇ ਨਾ ਇੱਕ ਸਹੀ ਇੱਕ ਤਰੱਕੀ ਵਾਲਾ ਰਾਹ ਦਿਖਾਉਣ ਦੀ ਲੋੜ ਆ। ਜੋ ਕੋਈ ਸਪੋਰਟਸ ਜਾਣਾ ਚਾਹੁੰਦਾ, ਲਾਈਕ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ, ਉਹਨਾਂ ਨੂੰ ਸਮਾਨ ਚਾਹੀਦਾ, ਉਹਨਾਂ ਨੂੰ ਉਹ ਚੀਜ਼ਾਂ ਚਾਹੀਦੀਆਂ ਨੇ, ਉਹਨਾਂ ਨੂੰ ਉਹ ਟੀਚਰ ਚਾਹੀਦੇ ਨੇ ਜਿਹੜੇ ਉਹ ਚੀਜ਼ਾਂ ਸਿਖਾ ਸਕਣ, ਆਰਟ ਹੋ ਗਿਆ, ਕੋਈ ਵੀ ਲਾਈਨ ਹੋ ਗਈ ਆਪਣੇ, ਜਸਟ ਵਿਚਾਰੇ ਯੂਥ ਪਿੱਛੇ ਕਿਉਂ ਹਟ ਰਿਹਾ ਜਾਂ ਇੱਧਰ ਉੱਧਰ ਕਿਉਂ ਭਟਕ ਰਿਹਾ, ਕਿਉਂਕਿ ਇਹ ਚੀਜ਼ਾਂ ਨਹੀਂ ਮਿਲਦੀਆਂ। ਜੀ ਜੀ, ਸੋ ਫਿਊਚਰ 'ਚ ਇਹੀ ਆ ਵੀ ਕਿਸੇ ਤਰੀਕੇ ਨਾਲ ਅਸੀਂ ਵਾਹਿਗੁਰੂ ਮਿਹਰ ਕਰੇ ਤੇ ਅਸੀਂ ਮਿਹਨਤ ਕਰੀਏ ਤੇ ਮਿਹਨਤ ਨੂੰ ਫਲ ਲੱਗੇ ਤੇ ਉਹਦੇ ਨਾਲ ਨਵੇਂ ਬੂਟੇ ਹੋਰ ਖੜੇ ਹੋਣ, ਉਹੀ ਫਲਾਂ ਦੇ ਨਾਲ ਵੀ ਕਿਸੇ ਟਾਈਮ ਜਦ ਨਵੇਂ ਰੁੱਖ ਲੱਗਣ ਤੇ ਫਿਰ ਦੁਬਾਰਾ ਸਾਰਾ ਕੁਛ ਸੋਹਣਾ ਬਣੇ, ਵੀ ਸਾਰੇ ਆਪਣੀ ਮਿਹਨਤ, ਕਿਹੜੀ ਮਿਹਨਤ ਜਿਹੜਾ ਹਾਰਡ ਵਰਕ ਵਾਹਿਗੁਰੂ ਨੂੰ ਦਿੱਤਾ, ਇਹ ਮਿੱਟੀ ਨੇ ਦਿੱਤਾ, ਉਹਨਾਂ ਨੂੰ ਉਹ ਯੂਜ਼ ਕਰਨਾ ਸਿੱਖ ਲੈਣ। ਤੇ ਕੁਝ ਤੁਹਾਡੇ ਫਿਊਚਰ ਪ੍ਰੋਜੈਕਟ ਬਾਰੇ? ਫਿਊਚਰ ਪ੍ਰੋਜੈਕਟਸ ਮੂਵੀ ਤੋਂ ਬਾਅਦ ਅਸੀਂ ਇੱਕ ਦੋ ਹੋਰ ਮੂਵੀਜ਼ ਦਾ ਪ੍ਰੋਜੈਕਟ ਸੋਚ ਰਹੇ ਹਾਂ। ਓਕੇ, ਉਹ ਵੀ ਸੇਮ ਪੈਟਰਨ ਦੀ ਆ? ਹਾਂ, ਮਤਲਬ ਇਹ ਕੋਈ ਮੈਸੇਜ ਵਾਲਾ ਹੀ ਹੋਊਗਾ, ਹਿਸਟਰੀ ਨਾਲ ਰਿਲੇਟਡ ਹੀ ਹੋਣਗੇ ਸਾਰੇ। ਸੋਚਿਆ ਇਹੀ ਹੋਇਆ ਵੀ ਹਾਂ ਹੁਣ ਪੇਂਟਿੰਗ ਸ਼ੌਂਕ ਬਾਏ ਸਾਈਡ ਬਾਏ ਸਾਈਡ ਮੈਂ ਕਰਦਾ ਰਹੂੰਗਾ, ਉਸ ਤੋਂ ਮੈਨੂੰ ਸਭ ਕੁਛ ਸਿੱਖਣ ਨੂੰ ਮਿਲਿਆ, ਉੱਥੋਂ ਹੀ ਸੈਂਸ ਆਈ ਆਰਟ ਦੀ, ਉੱਥੋਂ ਹੀ ਇੱਕ ਵਿਜ਼ਨ ਮਿਲਿਆ, ਉਹ ਸਾਈਡ ਬਾਏ ਸਾਈਡ ਚੱਲਦਾ ਰਹੂਗਾ। ਤੇ ਪ੍ਰੋਫੈਸ਼ਨਲੀ ਮੈਂ ਹੁਣ ਲਾਈਕ ਐਜ਼ ਏ ਡਾਇਰੈਕਟਰ ਮੂਵੀਜ਼ ਉੱਤੇ ਵਰਕ ਕਰਨਾ ਚਾਹੂੰਗਾ ਇਨ ਫਿਊਚਰ। ਸੋ ਲਾਈਕ 4 to 5 years ਤੋਂ ਬਾਅਦ ਫਿਰ ਮੈਂ ਬੈਕ ਟੂ ਫਿਰ ਇੱਕ ਐਜ਼ ਏ ਟੀਚਰ ਆਪਣੇ ਆਪ ਨੂੰ ਦੇਖਣਾ ਚਾਹੂੰਗਾ, ਵੀ ਮੈਂ ਸਾਈਡ ਬਾਏ ਸਾਈਡ ਬੱਚਿਆਂ ਨੂੰ ਵੀ ਆਪਣੇ ਦਿਲ ਦੀ ਗੱਲ ਸਿੱਧੀ ਵਿਦਿਆਰਥੀਆਂ ਨੂੰ ਕਹੋ, ਅਸੀਂ ਤੁਹਾਨੂੰ ਸਵਾਲ ਉਹ ਪੁੱਛੇ ਜੋ ਸਾਨੂੰ ਠੀਕ ਲੱਗੇ, ਪਰ ਤੁਸੀਂ ਹੁਣ ਆਪਣੇ ਦਿਲ ਦੀ ਗੱਲ ਜੋ ਵੀ ਤੁਹਾਡੇ ਦਿਲ ਵਿੱਚ ਕਿਤੇ ਰਹਿ ਗਿਆ ਹੋਵੇ, ਕੋਈ ਮੈਸੇਜ ਦੇਣਾ ਚਾਹੁੰਦੇ ਹੋ, ਉਹ ਇਹਨਾਂ ਨੂੰ ਡਾਇਰੈਕਟ ਮੈਸੇਜ ਜ਼ਰੂਰ ਦਿਓ। ਮੇਰੇ ਦਿਲ ਦੀ ਗੱਲ ਬੱਚਿਆਂ ਨੂੰ ਇਹੀ ਹੈ ਕਿ ਜੋ ਵੀ ਕਰਨਾ ਆਪਣੇ ਦਿਲੋਂ ਕਰਨ, ਜੋ ਦਿਲੋਂ ਚਾਹੁੰਦੇ ਨੇ ਉਹ, ਜੋ ਬਣਨਾ ਚਾਹੁੰਦੇ ਨੇ ਉਹੀ ਬਣਨ, ਉਹਦੀ ਹੀ ਐਜੂਕੇਸ਼ਨ ਲੈਣ ਤੇ ਉਸੇ ਵੇ ਤੇ ਜਾਣ, ਕਿਉਂਕਿ ਜਦ ਤੁਸੀਂ ਦਿਲੋਂ ਕਰੋਗੇ ਤਾਂ ਉਹਦਾ ਰਿਜ਼ਲਟ ਹਮੇਸ਼ਾ 100% ਆਊਗਾ, ਕਿਉਂਕਿ ਤੁਸੀਂ ਆਪਣੀ ਖੁਸ਼ੀ ਨਾਲ ਕਰ ਰਹੇ ਹੋ, ਤੇ ਜੇ ਖੁਸ਼ੀ ਨਾਲ ਕੰਮ ਕੀਤਾ ਹਮੇਸ਼ਾ ਹੀ ਆਲੇ ਦੁਆਲੇ ਵੀ ਖੁਸ਼ੀ ਲਿਆਉਂਦਾ ਤੇ ਤੁਹਾਨੂੰ ਵੀ ਖੁਸ਼ੀ ਮਿਲੂਗੀ ਤੇ ਕੁਛ ਚੰਗਾ ਹੀ ਹੋਊਗਾ। ਤੇ ਤੁਹਾਨੂੰ ਗੁਣ ਦਿੱਤਾ ਵਾਹਿਗੁਰੂ ਨੇ, ਹਰੇਕ ਨੂੰ ਦਿੱਤਾ, ਸਭ ਕੋਲ ਆ, ਹਰੇਕ ਕੋਲ ਆਪਣਾ ਆਪਣਾ ਇੱਕ ਗੁਣ ਦਿੱਤਾ ਹੋਇਆ, ਉਸ ਗੁਣ ਨੂੰ ਸਮਝੋ ਤੇ ਜੇ ਸਮਝ ਲਿਆ ਤੇ ਉਹਦੇ ਤੇ ਮਿਹਨਤ ਕਰਨਾ ਸ਼ੁਰੂ ਕਰੋ, ਹਾਰਡ ਵਰਕ ਕਰੋ ਜਿੰਨਾ ਕਰ ਸਕਦੇ ਹੋ। ਆਪਾਂ ਉਸ ਸੂਬੇ ਨਾਲ ਜਾਂ ਉਸ ਮਿੱਟੀ ਨਾਲ ਬਿਲੋਂਗ ਕਰਦੇ ਹਾਂ ਜਿੱਥੇ ਮਿਹਨਤੀ ਕਰ ਕਰਕੇ ਅੱਜ ਤੱਕ ਸਭ ਕੁਛ ਸਾਰੇ ਬਣੇ ਨੇ, ਵੀ ਮਿਹਨਤੀ ਆ ਸਭ ਕੁਛ। ਸੋ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰੋ ਤੇ ਆਪਣੇ ਆਪ ਨੂੰ ਚੰਗਾ ਸਟੈਂਡ ਕਰੋ। ਸੋ ਇੱਕ ਆਪਾਂ ਫਿਰ ਆਪਣਾ ਇਸ ਇੱਕ ਚੰਗਾ ਸੋਹਣਾ ਜਿਹਾ ਲਾਈਕ ਇੱਕ ਥਾਂ ਬਣਾਈਏ, ਇੱਕ ਪੰਜਾਬ ਬਣਾਈਏ ਇੱਕ ਸੋਹਣਾ ਜਿਹਾ ਇਨ ਫਿਊਚਰ। ਸੋ ਸਾਰਿਆਂ ਨੂੰ ਮੇਰੇ ਵੱਲੋਂ
विशेज ने ऑल दी बेस्ट वाहेगुरु सारा की कृपा कर ध्यान रखो अपना सो शरण जी तुसी अपने बिजी शेड्यूल दे विचों सानू आवर मेंटर प्रोग्राम में समा दिता असीं तुहाडा बहुत बहुत धन्यवाद करते हैं जी सत श्री अकाल जी हाँ जी मैं भी बड़ा चंगा लग्या भी इस प्रोग्राम का मैं पार्ट बनया तो कुछ अपनी लाइफ के किसी ना किसी कुछ ना कुछ कढ के मैसेज दे सकिया तो शेयर कर सकिया जी सो थैंक यू तुसी साडे ते बच्चियां दे विच जिहड़ा गैप सीगा ओह खत्म कीता बड़ी खुशी वाली गल आ जी थैंक यू सत श्री अकाल सो अमन जी ते बलविंदर कालिया जी अवर मेंटर्स एक प्रोग्राम लेके आए ने थोड़े को सो वो थोड़े ते जिहड़े थानू गाइड करन वाले ने उहनां दे विच एक गैप खत्म कर रहे ने वो थानू जोड़ रहे ने उहनां नाल सो जो कहण दी कोशिश कर रहे ने उहनूं प्लीज समझणा आपां ने उन्हें अपनी लाइफ दे विच यूज करना वध तो वध इस गल नूं दूसरे नाल भी शेयर करना जिन्हां तक नहीं पहुंच सकी हले क्योंकि ये दो ने मेहनत कर रहे ने सारे तक गल लैके जाने लई अगे तुसी भी बाकी नाल शेयर करनी है सो सानूं विशेस करदा भी होप ये साडा दिता होया मैसेज जां इन्हां दा दिता होया मैसेज तुहाडे सारे दी लाइफ दे विच किते ना किते जरूर काम आऊगा थैंक यू सो विद्यार्थियों ये सी साडी खास मुलाकात आर्ट दी फील्ड दे विच इक उभरदा होया सितारा शरण जी नाल उम्मीद करदे आ तुहानू इह मुलाकात बहुत पसंद आई होवेगी इस मुलाकात दे रिगार्डिंग तुहाडा फीडबैक होवे तां सानू englishlearnersworld@gmail.com इस ईमेल आई डी ते तुसी अपना फीडबैक साडे नाल शेयर कर सकदे हो अगली मुलाकात दे विच एक ऐसे तरह दी प्यार भरी शख्सियत दे नाल तुहाडी असीं मुलाकात करवावांगे तद तक लई सत श्री अकाल